ਦੀ ਟੀਮ ਜੌਂਟੀ ਤੇ ਰਵੀ ਫੁੱਲ ਤਕੜਾ ਮੈਂ ਲੱਗਣਾ ਸ਼ੇਅਰ ਕਰ ਦੋ ਵੀਰੇ ਫਾਈਨਲ ਮੈਚ 25,000 ਤੇ 15,000 ਆ ਦੂਜਾ ਪ੍ਰਾਈਜ਼ ਹਾਂਜੀ 25,000 ਤੇ ਪਹਿਲਾ 25 ਫੈਸਲੇ ਹੋਣੇ ਆ ਤੇ ਦੂਜਾ 15 25 ਤੇ 15 ਦੀ ਟੱਕਰ ਵੀਰੇ ਮਿੱਤਰੋ ਆ ਖੇਡ ਦੇ ਮੈਦਾਨ ਦੇ ਵਿੱਚ ਹੋ ਗਈ ਆ ਤੇ ਵੇਖਦੇ ਆ ਕਿਹੜੀ ਟੀਮ ਫਾਸਟ ਤੇ ਕਿਹੜੀ ਸੈਕਿੰਡ ਰਹਿੰਦੀ ਆ ਲੈਵੀ ਸਵਾਰਪੁਰ ਵਾਲਿਆ ਮੈਚ ਦੀ ਸ਼ੁਰੂਆਤ ਹੀ ਹੋਈ ਆ ਹਲੇ ਵੱਡੀ ਸਕੀਮ ਪੈ ਗਈ ਮੇਰੇ ਮਿੱਤਰੋ ਲੋਡ ਵੱਡੀ ਵਾਲੇ ਕਹਿੰਦੇ ਜੇ ਪੰਜਾਂ ਤੋਂ ਥੱਲੇ ਥੱਲੇ ਰੱਖ ਗਿਆ ਰੈਸਰੀਆਂ ਨੂੰ ਮੌੜੀ ਭਾਈ ਮੋਟਰਸਾਈਕਲ ਸਵਾਰਪੁਰ ਵਾਲੇ ਨੂੰ ਲੈਵੀ ਇੱਕ ਵਾਰੀ ਤਾੜੀ ਦੇ ਮਾਰੇ ਜੋੜਦੇ ਨੇ ਜੇ ਪੰਜਾਂ ਨੰਬਰਾਂ ਤੋਂ ਥੱਲੇ ਰੱਖ ਗਿਆ ਲੋਡ ਵੱਡੀ ਵਾਲੇ ਯਾਰ ਆਏ ਹੋਏ ਆ ਉਹ ਕਹਿੰਦੇ ਮੌੜੀ ਭਾਈ ਮੋਟਰਸਾਈਕਲ ਦੇ ਦਿਆਂਗੇ ਰਵੀ ਗੁਰਲਾਲ ਕਹਿ ਸੁੱਤੇ ਨੂੰ ਵੀ ਤੂਫਾਨ ਕੁਝ ਵੀ ਕਰ ਸਕਦਾ ਇਹ ਤੂਫਾਨ ਕੁਝ ਵੀ ਕਰ ਸਕਦਾ ਲਓ ਸਾਹਮਣੇ ਟੱਕਰ ਵੱਡੀ ਆ ਮੇਰੇ ਮਿੱਤਰੋ ਇਹ ਪੰਜਾਂ ਦੇ ਥੱਲੇ ਥੱਲੇ ਰੱਖ ਗਿਆ ਕੀ ਹੋ ਗਿਆ ਗੁਰਲਾਲ ਕਿੱਧਰ ਗਿਆ ਗੁਰਲਾਲ ਹੈਲੋ ਹੈਲੋ ਕਰੀ ਜਾਂਦਾ ਘਾਟ ਕਿਹੜੀ ਗੱਲ ਦੀ ਆ ਬਰਿੰਦਰਾ ਪੁੱਛ ਯਾਰ ਕਮੀ ਕਿਹੜੀ ਗੱਲ ਦੀ ਆ ਫੋਨ ਤੇ ਨਾ ਗੱਲ ਕਰਦਾ ਜੀ ਘਾਟ ਕਿਹੜੀ ਗੱਲ ਦੀ ਆ ਕਮੀ ਤੇ ਕਮੀ ਆ ਵਾਹ ਗੁਰਲਾਲ ਆਓ ਸਾਹਮਣੇ ਗੱਲਬਾਤ ਵੱਖਰੀ ਆ ਸਵਾਰਪੁਰੇ ਵਾਲਾ ਸਵਾਰਪੁਰੇ ਵਾਲਾ ਤੂਫਾਨ ਆਓ ਮੇਰੇ ਮਿੱਤਰੋ ਦੁਨੀਆ ਤੇ ਸੱਤ ਅਜੂਬੇ ਅੱਠਵਾਂ ਤੇਰਾ ਯਾਰ ਕਰੇ ਓ ਬਾਹੋ ਬਾਬਾ ਮਾਰਦਾ ਪਾ ਫੇਰ ਹੀ ਗੱਲਬਾਤ ਬਣਨੀ ਆ ਸ਼ੇਅਰ ਵੀ ਕਰ ਲਓ ਸਾਰੇ ਭਰਾ ਇੱਕ ਇੱਕ ਸ਼ੇਅਰ ਮੇਰੇ ਭਰਾਈ ਮੇਰੇ ਮਿੱਤਰੋ ਆ ਚੈਨੇ ਵਾਲੀ ਆ ਜੁਝਾਰ ਮੁੰਡਾ ਛੋਟੀ ਉਮਰ ਵੱਡਾ ਸਟਾਰ ਆ ਆਓ ਸਾਹਮਣੇ ਬੱਲੇ ਰੈਸਰੀਆ ਜੱਸਾ ਟਰਾਈ ਕਰ ਰਹਾ ਹੈ ਖੁੱਲੀ ਵਾਲੀ ਆ ਸਣੀ ਦੀ ਪੂਰਾ ਫਿੱਟ ਚੱਲਦਾ ਹੈ ਲਓ ਸਾਹਮਣੇ ਮੁਕਾਬਲਾ ਤਗੜਾ ਫਾਈਨਲ ਮੈਚ ਹੈ ਆਓ ਟੱਕਰ ਵੱਡੀ ਆ ਇੱਕ ਪਾਸੇ ਤੂਫਾਨ ਆ ਦੂਜੇ ਪਾਸੇ ਤੋਪ ਆ ਤੇ ਮੇਰੇ ਮਿੱਤਰੋ ਬਾਲ ਜਿਹੜੀ ਇਹਨ ਲੱਗੀ ਆ ਬਾਲ ਜਿਹੜੀ ਉਹ ਇਹਨ ਲੱਗੀ ਮੇਰੇ ਮਿੱਤਰੋ ਲਵੀ ਨੰਬਰ ਦੱਸੀ ਬਈ ਲਾਲੀ ਕਿੰਨੇ ਕਿੰਨੇ ਹੋ ਗਏ ਜੀਰੋ ਕਿੱਧਰ ਹੈ ਜੀ ਪਹਿਲਾਂ ਜੀਰੋ ਦੱਸੋ ਨਾ ਆਓ ਸਾਹਮਣੇ ਜੀਰੋ ਤੇ ਇੱਕ ਵਾਹ ਜੱਸਿਆ ਚਰਤੇ ਤੇਰੇ ਵੀ ਵੱਡੇ ਆ ਯਾਰੀ ਪੱਕੀ ਆਓ ਵੱਡੇ ਵੱਡੇ ਵਾਲੀਬਾਲ ਦੇ ਮੱਲਾਂ ਨਾਲ ਆ ਮੁੰਡੇ ਦੀ ਤੇ ਨੰਬਰ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਹਲੇ ਖਾਤਾ ਰੈਸਰ ਦੀ ਟੀਮ ਦਾ ਖੁੱਲਿਆ ਨੀ ਤੇ ਇੱਧਰ ਨੰਬਰ ਜਿਹੜਾ ਪਹਿਲਾ ਜੋੜ ਗਿਆ ਆਓ ਤੂਫਾਨ ਨੰਬਰ ਜਿਹੜਾ ਪਹਿਲਾ ਜੋੜ ਗਿਆ ਤੇ ਟੱਪਾ ਭਾਵੇਂ ਨਾ ਤੇ ਲੋਕਾਂ ਨੇ ਫੇਰ ਫੇਰ ਹੀ ਮੰਨਣਾ ਦੇ ਆਉਂਦੀ ਜਾਂਦੀ ਘੇਰ ਕੇ ਟੱਪਾ ਪਾ ਰਹੇ ਲੋਕਾਂ ਨੇ ਫੇਰ ਹੀ ਮੰਨਣਾ ਉਹ ਵਾਹ ਸੁਖਦੀਪ ਗਵਾਂਡ ਪਿੰਡਾ ਤੇ ਮਿੱਤਰਾ ਤੈਨੂੰ ਕੁਛ ਨਾ ਧੰਨਵਾਦ ਅੱਗ ਕੱਢੀ ਆ ਤੇ ਹੁਣ ਵੀ ਕੱਢਣੀ ਪੈਣੀ ਆ ਉਹ ਬੱਲੇ ਸਾਹਮਣੇ ਮੇਰੇ ਮਿੱਤਰੋ ਟਾਈਆਂ ਵੱਡੀਆਂ ਨੇ ਤੇ ਨੰਬਰ ਕਿਹਦੀ ਟੀਮ ਨੇ ਜੋੜ ਜਾਣਾ ਜਾਂ ਇੱਥੋਂ ਟੇਂਜ ਇਹ ਤੇ ਸਮਾਂ ਹੀ ਦੱਸੂਗਾ ਕਿਉਂਕਿ ਸਮਾਂ ਬੜਾ ਬਲਵਾਨ ਸਮੇਂ ਦੀ ਕਦਰ ਕਰੋ ਤੁਰਦਾ ਤੇਜ਼ ਰਫ਼ਤਾਰ ਸਮੇਂ ਦੀ ਨਬਜ਼ ਫੜੋ ਕਦੇ ਹਸਾਉਂਦਾ ਆਓ ਕਦੇ ਰਵਾਉਂਦਾ ਕਿ ਭੇਤ ਸਮੇਂ ਦਾ ਸਮਝ ਨਹੀਂ ਆਉਂਦਾ ਰਾਣੇ ਖੇਲੇ ਤੁਰਨਾ ਪੈਂਦਾ ਅੰਤ ਸਮਾਂ ਜਾਂ ਸਿਰ ਤੇ ਆਉਂਦਾ ਲੈ ਵੀ ਗੁਰਨਾਲ ਕਰਗਲ ਮੁੰਡਿਆਂ ਦੇ ਰਾਜੇ ਖੇਲੇ ਤੁਰਨਾ ਪੈਂਦਾ ਅੰਤ ਸਮਾਂ ਜਦ ਸਿਰ ਤੇ ਆਉਂਦਾ ਗੱਲ ਤੇ ਸੱਚ ਆ ਮੇਰੇ ਮਿੱਤਰਾ ਪਰ ਇੱਧਰ ਕਹਿੰਦੇ ਫਾਈਨਲ ਮੈਚ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਹੁਣ ਫਾਈਨਲ ਮੈਚ ਕਿਹੜੀ ਟੀਮ ਨੇ ਜਿੱਤਣਾ ਸਮੇਂ ਦੀਆਂ ਗੱਲਾਂ ਬਾਤਾਂ ਹੋਣਗੀਆਂ ਮੇਰੇ ਸੱਜਣਾ ਅੱਜ ਦੇ ਸੁਵੱਡੇ ਮੇਲੇ ਦੇ ਉੱਤੇ 12 ਦੇ ਕਰੀਬ ਦਾ ਜਿਹੜਾ ਸਮਾਂ ਹੋ ਗਿਆ ਖੇਡ ਗਰਾਊਂਡ ਦੇ ਵਿੱਚ
हाँ जी पानी वाला पानी पीना भाई स्टेज पर पानी पिया क्या ही मेरे लाओ सामने ग्राउंड मैच बड़ा चोटी का खेडा जा रहा है। हाँ सही है मेरे ख्याल लाभनी बैठा रमने पानी की घाट जरूर पाना करो बाबा जी पानी मुंडिया लई जतिन शर्मे ने स्टार भेजे बहुत बहुत धन्यवाद जी जतिन शर्मा जी सामने मेरे स्टार भेजन ते बहुत बहुत धन्यवाद जी तगड़ा होर भी भेजो ने भरावा ने स्टार भी भेजे जरूर भेजियो जी संत बरोंदी ਤੇ ਨਾਲ ਚੋਵਣ ਮਹੋਲੀ ਖੁਰਦ ਉਹ ਕਹਿੰਦੇ ਜੇ ਚੌਂਟੀ ਜਿੱਤ ਗਿਆ ਆਪਾਂ 1100 ਨਾਲ ਵੱਡੇ ਮਾਣ ਕਰ ਦਿਆਂਗੇ ਜੇ ਚੌਂਟੀ ਜਿੱਤ ਗਿਆ ਤੇ 1100 ਨਾਲ ਵੱਡੇ ਮਾਣ ਜਿਹੜੇ ਕੀਤੇ ਜਾਣਗੇ ਆਓ ਤੂਫਾਨ ਆਓ ਬੱਲੇ ਬੱਲੇ ਆਓ ਜੁਝਾਰ ਇਹ ਵੀ ਮੁੰਡਾ ਫਿੱਟ ਹੋ ਕੇ ਆਇਆ ਪਹਿਲਾਂ ਸੱਟ ਲੱਗੀ ਮੁੰਡੇ ਦੀ ਬਾਂਹ ਦੇ ਤੇ ਮੁੰਡੇ ਨੇ ਫੇਰ ਦੁਬਾਰੇ ਮਿਹਨਤ ਕਰਕੇ ਇਹਨਾਂ ਗਰਾਊਂਡਾਂ ਦੇ ਵਾਸਤੇ ਕੀਤੀ ਆ ਛੋਟੀ ਉਮਰ ਹੈ ਮੁੰਡੇ ਦੀ ਵੀ ਲਾਕੇ ਬਰਸੀਮ ਕਰ ਉੱਗਦੀਆਂ ਮੱਕੀਆਂ ਨੇ ਨਲੂਏ ਦੀ ਸੋਚ ਵਾਲੇ ਕਰਦੇ ਤਰੱਕੀਆਂ ਨੇ ਲਾਲਚੀ ਦੇ ਕੀੜੇ ਜਿਹੜੇ ਖੋਪੜੀ ਚ ਪਾਲਦੇ ਵੀਰੇ 19ਵੇਂ ਦਾ ਅੱਧ ਸਾਲ ਸਾਂਭਣ ਵਾਲੇ ਜ਼ਿੰਦਗੀ ਦੇ ਢਾਈ ਹੁੰਦੇ ਨੇ साल सामने वाले जिंदगी दे आओ ढाई होंगे ने गल तो सच है मित्रा जग आओ मुंडे पले 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 करा रहे हैं भी नचदी जवानी चंगी लगे हसदी ते खेड़दी आओ चचदा बुढ़ापा जे सियाणी गल करे तां भी इज्जत कुवारी दी आओ तेरी डर रखे मापियां दा सूरमे दी सोभा ਜੇ ਮੈਦਾਨੇ ਜੰਗ ਲੜੇ ਤਾਂ ਸੂਰਮੀ ਨੇ ਪਟਾਕਾ ਪਾਤਾ ਜੇ ਮੈਦਾਨੇ ਜੰਗ ਲੜੇ ਤਾਂ ਜੋੜਿਆ ਰਵੀ ਨੇ ਦਿਖਾਣ ਨੂੰ ਰਵੀ ਕਮਾਲ ਕਰ ਗਿਆ ਖੇਡ ਦੇ ਮੈਦਾਨ ਦੇ ਵਿੱਚ ਤੇ ਸਰਵਿਸ ਕਰਦੇ ਰਹੀ ਆ ਮੁੰਡਾ ਕਹਿੰਦੇ ਓ ਮੇਰੇ ਮਿੱਤਰੋ ਪੋਪਾ ਬਾਲੀਵਾਲ ਦੀ ਰੈਸਰੀ ਆ ਜੱਸਾ ਓ ਸਾਹਮਣੇ ਬਾਲ ਲਾਉਣ ਨੂੰ ਫਿਰਦਾ ਬਾਬੇ ਤੇ ਪਰ ਬਾਬਾ ਕਿੱਥੇ ਦੱਬਦਾ ਬਾਬਾ ਕਿੱਥੇ ਦੱਬਦਾ ਜੱਸਿਆ ਕੱਦੀ ਬਾਲ ਵੇਖ ਠੁੱਲੀ ਵਾਲੀ ਆ ਲੋ ਕਰਕੇ ਤੇ ਗੱਲ ਫੇਰ ਵੰਡੀ ਆ ਚੈਨੇ ਵਾਲੀ ਆ ਸੁਖਦੀਪ ਗਲਤੀ ਵੱਡੀ ਕਰ ਗਿਆ ਤੇ ਲਵੀ ਜੱਸੇ ਹੋਰ ਦੱਸ ਨੰਬਰ ਕਿੰਨੇ ਕਿੰਨੇ ਹੋ ਗਏ ਤਿੰਨ ਤੇ ਇੱਕ ਤਿੰਨ ਇੱਕ ਸਕੋਰ ਹੋ ਗਏ ਜੀ ਤਿੰਨ ਇੱਕ ਬਰੇ ਟੀਮ ਦੇ ਤੇ ਇੱਕ ਨੰਬਰ ਜਿਹੜਾ ਉਹ ਚੈਨੇ ਵਾਲੀ ਟੀਮ ਦਾ ਓਕੇ ਓਕੇ ਵਿਜੇ ਮਲਕ ਵੀਰੇ ਠੀਕ ਆ ਜੀ ਤਿੰਨ ਤੇ ਇੱਕ ਸਕੋਰ ਹੋ ਗਿਆ ਜੀ ਤਿੰਨ ਜੱਸੇ ਦੇ ਇੱਕ ਚੈਣੇ ਵਾਲੇ ਵੀਰੇ ਤਿੰਨ ਇੱਕ ਸਕੋਰ ਹੋ ਗਏ ਜੀ ਤੀਜੇ ਤੋਂ ਨੰਬਰ ਚੌਥਾ ਵੀ ਜੁੜ ਗਿਆ ਆਓ ਇੱਕ ਇੱਕ ਕਦਮ ਕਰਕੇ ਮੁੰਡੇ ਤਾਂ ਨੂੰ ਵਾਧੇ ਜਾਂਦੇ ਆ ਪਰ ਮੈਂ ਕੋਈ ਗੱਲ ਨਹੀਂ ਆ ਇੱਕ ਅੱਧੀ ਦੇਰ ਹੋ ਜਾਂਦੀ ਆ ਇੱਥੋਂ ਸਾਰੇ ਹਟ ਆਉਣਗੇ 11 ਨੂੰ ਅਫਸੋਸ ਵੀਰੇ ਸਾਰੇ ਆਉਣਗੇ ਹਟ ਬਣਨਾ ਵੀ ਚੈਣੇ ਵਾਲੀ ਆ ਪਰ ਮੇਰੇ ਮਿੱਤਰੋ ਕਹਿੰਦਾ ਧੋਣਾ ਨੈਟ ਮੈਣਾ ਪਰ ਗਗਨ ਬੜਾ ਫਿੱਟ ਆ ਹਲੇ ਤੱਕ ਕੋਈ ਗਲਤੀ ਦੀ ਗੁੰਜਾਇਸ਼ ਨਹੀਂ ਮੇਰੇ ਮਿੱਤਰੋ ਪਰ ਬਹਾਦਰਗੜੀਆ ਰਵੀ ਆਓ ਬੱਲੇ ਬੱਲੇ ਕਰਾਈ ਤੁਰਿਆ ਆਉਂਦਾ ਬਹਾਦਰਗੜੀਆ ਰਵੀ ਬੱਲੇ ਬੱਲੇ ਕਰਾਈ ਤੁਰਿਆ ਆਉਂਦਾ ਤੇ ਚੈਨ ਵਾਲੀ ਆ ਬਾਬਾ ਕਰਦਾ ਟਾਈ ਤੇ ਗੁਰਜੀਤੀ ਦੀ ਥੋੜੀ ਥੋੜੀ ਘਾਟ ਆਓ ਗੱਲਾਂ ਸੁਣਦੀਆਂ ਪਰ ਸੁਖਦੀਪ ਵੀ ਮੁੰਡਾ ਪੂਰਾ ਫਿੱਟ ਆ ਆਓ ਬਾਲਾਂ ਲਗਾਤਾਰ ਲੱਗਦੀਆਂ ਨੇ ਆਓ ਮਾਰੀ ਤੁਰੇ ਆਉਂਦੇ ਆ ਮੇਰੇ ਮਿੱਤਰੋ ਜ਼ੋਰ ਆ ਦਮ ਰੱਖ ਰਹੇ ਆ ਆ ਵੱਡੀ ਖੇਡ ਆ ਵੱਡੀ ਮਿਹਨਤ ਕਰਕੇ ਆਏ ਆ ਆਓ ਗੱਲਾਂ ਹੋੜ ਗਈਆਂ ਤੇ ਜੋਤੀ ਰੀ ਥੋੜਾ ਸੰਭਲ ਕੇ ਚੱਲਣਾ ਪੈਣਾ ਜੋਤੀ ਰੀ ਹੁਣ ਤੇ ਸੰਭਲ ਕੇ ਤੁਰਨਾ ਪੈਣਾ ਮਿੱਤਰਾ ਕਿਉਂਕਿ ਇਲਾਕਾ ਤੇਰਾ ਆਪਣਾ ਔਰ ਤੇਰੇ ਇਲਾਕੇ ਦੇ ਵਿੱਚ ਤੇਰੀ ਵੱਡੀ ਠੋਕਾ ਮਿੱਤਰਾ ਬਾਕੀ ਵੱਡੇ ਵੱਡੇ ਮੇਲੇ ਜਿੱਤੇ ਆ ਪੰਜਾਬ ਹਰਿਆਣੇ ਦੇ ਤੇ ਅੱਜ ਮਿੱਤਰਾ ਤੁੜੀਆਂ ਨੂੰ ਦੱਸਣਾ ਪੈਣਾ ਵੀ ਮਿੱਤਰਾ ਆ ਇਲਾਕਾ ਸ਼ੇਰਾਂ ਦਾ ਗਰਾਊਂਡ ਦੇ ਅੰਦਰ ਲਾਓ ਸਾਹਮਣੇ ਖੇਡ ਗਰਾਊਂਡ ਦੇ ਅੰਦਰ ਮੇਰੇ ਮਿੱਤਰੋ ਬਾਕੀ ਮੈਚ ਬੜਾ ਚੋਟੀ ਦਾ ਪਰ ਬਹਾਦਰ ਗੜੀਆ ਆਓ ਇੱਕ ਵੱਡੀ ਲਾਵੀ ਆਓ ਸਾਹਮਣੇ ਆ ਪਹਿਲਾ ਆਏਗਾ ਮਾਚਲ ਆਏਗਾ ਬਈ ਰਵੀ
ਪੁੱਛਣਾ ਪੈਣਾ ਵੀਰੇ ਯਾਰ ਪੁੱਛਦੇ ਆ ਹਾਂਜੀ ਹਾਂਜੀ ਜਤਿਨ ਸ਼ਰਮਾ ਮੈਚ ਵੱਡੇ ਹੁੰਦੇ ਅਧੂਰੀ ਧਰਮਪੁਰੇ ਮਹੱਲੇ ਲਾਲ ਸਾਹਮਣੇ ਇਧਰ ਗਰਾਊਂਡ ਦੇ ਵਿੱਚ ਹਾਂਜੀ ਹਾਂਜੀ ਜਤਿਨ ਸ਼ਰਮਾ ਪਛਾਣ ਲਿਆ ਪਛਾਣ ਲਿਆ ਜਤਿਨ ਵੀਰੇ ਬਿਲਕੁਲ ਜੀ ਮਿੱਤਰ ਅੱਜ ਦੇ ਫੱਟੇ ਮੇਲੇ ਦੀਆਂ ਆਰ ਗੱਭਰੂ ਕਹਿੰਦੇ ਧਰ ਤਨ ਕਰਵਾ ਰਹੇ ਅੱਜ ਦੇ ਫੱਟੇ ਮੇਲੇ ਦੇ ਉੱਤੇ ਗੱਲਾਂ ਬਾਤਾਂ ਸਮੇਂ ਦੀਆਂ ਹੋਣਗੀਆਂ ਆਓ ਕਿਹੜੇ ਭਾਗਾਂ ਵਾਲੇ ਪਲੇਅਰ ਹੋਣਗੇ ਜਿਹੜੇ ਪੈਸਟ ਰਹਿਣਗੇ ਅੱਜ ਦੇ ਮੇਲੇ ਦੇ ਲਈ ਪਰ ਖਲਦੀ ਕਹਿੰਦੇ ਰਾਏਸਵਰੀਆ ਕਰ ਗਿਆ ਨਜ਼ਰ ਆਓ ਸਾਹਮਣੇ ਮੇਰੇ ਬੱਤੇ ਫੈਰ ਦੇ ਹੋਣ ਲੱਗ ਗਏ ਆ ਬੜੀਆਂ ਰੂੜੀਆਂ ਚਟਾਈਆਂ ਸੀ ਚੌਕਾਂ ਦੇ ਬੜੇ ਬੱਕਰੇ ਬਣਾਤੇ ਪੁੱਤ ਸ਼ੇਰਾਂ ਦੇ ਦਾਗ ਲਾ ਕੇ ਬਰਾਮਾ ਦੇ ਉਹ ਢੱਲੋਆ ਪੁੱਛੀ ਵੇੜੀ ਵੀਰੇ ਭਾ ਵੇਰਾ ਦੇ ਉਹ ਕਦੇ ਡੰਡੋਣਾ ਸਹੇਲੀ ਵੀਰੇ ਛੱਡ ਕੇ ਕਦੇ ਯਾਦ ਨਾਲ ਪਰ ਖੋੜਾ ਯਾਰ ਨੂੰ ਕਿ ਮਰੇ ਬੰਦੇ ਦੇ ਨੇਪੇ ਦੇ ਐਸੇ ਹਥਿਆਰ ਨੂੰ ਮਰੇ ਬੰਦੇ ਦੇ ਨੇਪੇ ਦੇ ਦੇਣਾ ਨਿਕਲੇ ਤੂਫਾਨ ਤੇ ਤੂਫਾਨ ਅੱਜ ਵੀ ਉਹਨੇ ਹੀ ਹਿੱਟ ਆ ਸੱਤਾਂ ਮੇਰੇ ਮਿੱਤਰੋ ਕਮਾਲ ਕਰ ਗਿਆ ਆਓ ਅੱਖ ਦੱਸੀ ਤੇ ਸਵਾਰਪੁਰ ਵਾਲਾ ਰੱਖੀ ਫਿਰਦਾ ਉਧਰ ਜੇ ਰਾਏ ਸਰੀਆ ਜੱਸਾ ਦੋ ਸਮੈਸਾ ਮਾਰਦਾ ਤੇ ਬਾਈ ਸਾਡਾ ਕਹਿੰਦਾ ਵੀ ਆਪਾਂ 500 ਦੇ ਦੇਣਾ ਜੱਗੀ ਚਾਚਾ ਜੀ ਕਹਿੰਦੇ ਵੀ ਆਪਾਂ 500 ਦੇ ਵੱਡੇ ਮਾਣ ਕਰ ਦੇਣੇ ਠੀਕ ਆ ਨਾ ਵੀਰੇ ਔਰ ਮੈਚ ਕਿਉਂਕਿ ਵੱਡੇ ਖੇਡੇ ਜਾ ਰਹੇ ਹਾਂ ਮੈਨੂੰ ਲੱਗਦਾ ਵੀ 4-4 ਦੀ ਟੱਕਰ ਜਿਹੜੀ ਉਹ ਖੇਡ ਦੇ ਮੈਦਾਨ ਦੇ ਵਿੱਚ ਹੈ ਵਾਵੇ ਨੌਜਵਾਨਾਂ ਮੈਚ ਬਰਾਬਰੀ ਤੇ ਆਓ ਖੇਡ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਅੱਜ ਦੇ ਇਸ ਵੱਡੇ ਮੇਲੇ ਦੇ ਉੱਤੇ ਖੇਡ ਗਰਾਊਂਡ ਦੇ ਅੰਦਰ ਗੱਲਾਂ ਬਾਤਾਂ ਵੱਡੀਆਂ ਨੇ ਕਿ ਫਿਰੇ ਜਿਨ੍ਹਾਂ ਨਾਲ ਮਹਿਫਲਾਂ ਸਜਾਉਂਦਾ ਉਹ ਚੀਜ਼ ਤੇਰੀ ਖਾਸ ਬਣ ਗਏ ਅਸੀਂ ਖੇਡ ਰਹਿ ਗਏ ਮਨ ਪਰਚਾਰੇ ਇੰਜ ਲੋਕਾਂ ਹੱਥੋਂ ਟੁੱਟ ਜਾਣ ਦਾ ਸਾਡੇ ਰੀਹ ਰਿਵਾਜ ਮੁੰਡਿਆ ਲਿਹਾਜ ਮੁੰਡਿਆ ਦਾੜੀਆਂ ਸੀਨੇ ਹੁਣ ਤੇਰੇ ਜਾਂ ਟੁੱਟ ਗਈ ਲਿਹਾਜ ਮੁੰਡਿਆ ਲਿਹਾਜਾ ਟੁੱਟਦੀ ਆ ਤੇ ਲਿਹਾਜਾ ਜੁੜਨਗੀਆਂ ਭਾਜੀਆਂ ਰਹਿਣਗੀਆਂ ਵੀ ਤੇ ਭਾਜੀਆਂ ਬੇਰੇ ਫਿਰਦੇ ਆ ਮੁੰਡੇ ਬੇਰੇ ਫਿਰਦੇ ਆ ਉਹ ਜਸਵੰਤ ਵੀ ਆ ਗਿਆ ਹੁਣ ਤੇ ਗੱਲਬਾਤ ਟਿਕਾਣੇ ਲੱਗ ਜਾਣੀ ਆ ਆਓ ਬੱਲੇ 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 ਨੰਬਰ ਕਿੱਧਰ ਤੁਰਨਾ ਹੁਣ ਮੇਰੇ ਮਿੱਤਰੋ ਲੈ ਵੀ ਜੱਸੇ ਨੰਬਰ ਅਸੀਂ ਇੱਕ ਵਾਰੀ ਦੱਸੂ ਬਹਾਦਰ ਗੜੀਆ ਹਰਿਆਣੇ ਕਾ ਸ਼ੋਰਾ ਗੱਲਾਂ ਵੱਡੀਆਂ ਆਹ ਬੱਲੇ 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 ਵਾਹ ਜਸਵੰਤ ਗੱਲਾਂ ਬਰਾਬਰ ਦੀਆਂ ਹੀ ਆ ਮੈਂ ਦੱਸਿਆ ਵੀ ਜਸਵੰਤ ਆਇਆ ਹੋਇਆ ਆਓ ਬੱਲੇ ਉਹ ਬੱਲੇ 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 ਉਹ ਲੋਕੋ ਤਾੜੀ ਤੂੜੀ ਕਿਉੜੀ ਮਾਰਦੇ ਰੋ ਮੈਂ ਤੇ ਦੇਖੋ ਮਾਹੌਲ ਤੇ ਤੁਸੀਂ ਬਣਾਉਣਾ ਜੱਗੀ ਮਾਹੌਲ ਤੇ ਤੇਰੇ ਵਾਲੇ ਪਾਸੋ ਬਣਨਾ ਜੱਗੀ ਰੌਲਾ ਰੱਪਾ ਰਿਹਾ ਪਾਰੇ ਆਓ ਬੱਲੇ ਉਹ ਕਹਿੰਦੇ ਰੌਲਾ ਰੱਪਾ ਪਾਲਾ ਪਰ ਲੋਈ ਚੋ ਹੱਥ ਨਾ ਬਾਹਰ ਕਢਾ ਰਮੜਿਆ ਰੌਲਾ ਰੱਪਾ ਜਿੰਨਾ ਮਰਜ਼ੀ ਰੌਲਾ ਰੱਪਾ ਮੋਹੀ ਦੀ ਧਰਤੀ ਤੇ ਆਓ ਬੱਲੇ ਬੱਲੇ ਗਵਾਂਡ ਪਿੰਡਾ ਕਜਿੰਦਰ ਸਿੰਘ ਨੇ ਸਟਾਰ ਭੇਜਿਆ ਬਹੁਤ ਬਹੁਤ ਧੰਨਵਾਦ ਜੀ ਤਜਿੰਦਰ ਭਾਈ ਦਾ ਸਟਾਰ ਭੇਜਣ ਤੇ ਬਹੁਤ ਧੰਨਵਾਦ ਜੀ ਤੇ ਪੈਣ ਕੌਣਾ ਅੱਜ ਦਾ ਹੀ ਦਿਨ ਮੇਰੇ ਮਿੱਤਰੋ ਫਿਰ ਇੱਕ ਸਾਲ ਤੇ ਗੱਲ ਜਿਹੜੀ ਚੜੀ ਜਾਣੀ ਓਏ ਬਾਏ ਬੰਟੀ ਕਮਾਲ ਕਰਤੀ ਬਾਹੋ ਬੰਟੀ ਕਮਾਲ ਕਰਤੀ ਪਰ ਮਿਆ ਸਿੰਗਲ ਹੈਂਡ ਵੀ ਕੋਈ ਲੱਗੀ ਨੀ ਮੋਰੀ ਤੁਰੇ ਆਉਂਦੇ ਆ ਮੋਰੀ ਤੁਰੇ ਆਉਂਦੇ ਆ ਆਓ ਗੱਲ
ਗੱਲ ਬਣਦੀ ਨੀ ਗੱਲ ਤੇ ਬਣਾਉਣੀ ਪੈਣੀ ਆ ਅੱਠ ਦੀ ਪੁਲੀ ਤੇ ਪਟਾ ਚੜ ਗਿਆ ਅੱਠ ਦੀ ਪੁਲੀ ਤੇ ਪਟਾ ਚੜ ਗਿਆ ਹੁਣ ਤੇ ਥਾੜ ਥਾੜੀ ਹੋਣੀ ਆ ਹੁਣ ਤੇ ਥਾੜ ਥਾੜੀ ਹੋਣੀ ਆ ਹਰਮਣਾ ਪੰਜ ਤਾਂ ਬਾਈ ਉਹ ਕਰ ਗਏ ਸਕੀਮ ਕੋਈ ਲੋਟ ਬੱਤੀ ਵਾਲੇ ਹੋਰ ਲਾਉਣੀ ਪੈਣੀ ਆ ਪੰਜ ਦਾ ਉਹ ਕਰ ਗਏ ਸਕੀਮ ਕੋਈ ਹੋਰ ਲਾਉਣੀ ਪੈਣੀ ਆ ਲੋਟ ਬੱਤੀ ਵਾਲੇ ਹਾਂਜੀ ਹਾਂਜੀ ਤੇਜਿੰਦਰ ਵੀਰੇ ਧੰਨਵਾਦ ਜੀ ਬਹੁਤ ਬਹੁਤ ਪੁਆਇੰਟ ਵੀਰੇ ਮੇਰੇ ਹਿਸਾਬ ਨਾਲ ਪੰਜ ਬਰਾਬਰ ਹੋ ਗਏ ਜੀ ਸਕੋਰ ਬਾਕੀ ਕਰ ਲੈਂਦੇ ਹਾਂ ਪਤਾ ਲੈ ਵੀ ਸੱਸੇ ਪੰਜ ਪੰਜ ਹੋ ਗਏ ਪੰਜ ਤੇ ਪੰਜ ਲੈ ਵੀ ਬਾਈ ਤਾੜੀ ਮਾਰੋ ਯਾਰ ਪੰਜ ਤੇ ਪੰਜ ਨੰਬਰ ਹੋ ਗਿਆ ਮੈਚ ਬਰਾਬਰ ਦਾ ਫਾਈਨਲ ਮੈਚ ਆ ਪੂਰਾ ਪੂਰਾ ਮੁੱਲ ਮੁੰਡੇ ਮੋੜ ਕੇ ਜਾਣਗੇ ਰੁਪਈਏ 10,000 ਦਾ ਫਰਕ ਆ ਰੁਪਈਏ 10,000 ਦਾ ਫਰਕ ਆ ਬਾਲ ਜਿਹੜੀ ਇਹਨ ਲੱਗ ਗਈ ਆ ਧੰਨਵਾਦ ਜੀ ਤੇਜਿੰਦਰ ਭਰਾ ਨੇ ਹੋਰ ਸਪੋਰਟ ਭੇਜੀ ਆ ਸਟਾਰਾਂ ਦੀ ਬਹੁਤ ਬਹੁਤ ਧੰਨਵਾਦ ਜੀ ਚਾਚਾ ਕੌਣ ਆ ਗੁਰੀ ਹੁਣ ਸਾਹਮਣੇ ਮੈਟ ਬਰਾਬਰੀ ਦਾ ਜ਼ੋਰ ਲੱਗਿਆ ਹੋਇਆ ਨੰਬਰ ਵੇਖੋ ਛੇਵਾਂ ਕਿੱਧਰ ਪਹਿਲਾਂ ਜੁੜਨਾ ਹੈ ਇਹ ਤੇ ਸਮਾਂ ਹੀ ਦੱਸੂਗਾ ਬਹਾਦਰਗੜੀਆ ਬੜਾ ਜ਼ੋਰ ਲਾਈ ਤੁਰਿਆ ਉਹਦਾ ਮੁੰਡਾ ਹਰਿਆਣੇ ਵਾਲਾ ਵੀ ਕਹਿੰਦਾ ਵੀ ਜਿੱਤ ਲੋ ਜੇ ਜਿੱਤਿਆ ਜਾਂਦਾ ਤੂਫਾਨ ਨੂੰ ਜਿੱਤ ਲੋ ਜੇ ਜਿੱਤਿਆ ਜਾਂਦਾ ਆਹ ਗੱਲਾਂ ਹੋੜ ਗਈਆਂ ਲਵੀ ਜੱਸੀ ਥੋੜਾ ਪੱਟ ਕੇ ਮੋੜ ਤੋਂ ਅੱਖ ਤੇਰੇ ਤੇ ਰੱਖੀ ਫਿਰਦਾ ਤੂਫਾਨ ਮੈਂ ਪਹਿਲਾਂ ਦੱਸਿਆ ਜੱਸੀ ਅੱਖ ਤੇਰੇ ਤੇ ਤੂਫਾਨ ਰੱਖੀ ਫਿਰਦਾ ਆਓ ਸਾਹਮਣੇ ਵਾਹ ਪਰਮ ਮੁੰਡਾ ਪੂਰਾ ਫਿੱਟ ਆ ਆਓ ਕਹਿੰਦੇ ਮੇਰੇ ਮਿੱਤਰੋ ਆਹ ਸੀਜ਼ਨ ਦੇ ਵਿੱਚ ਗੱਲਾਂ ਹੋਈਆਂ ਆਹ ਦੋਵੇਂ ਟੀਮਾਂ ਨੇ ਵੱਡੇ ਵੱਡੇ ਮੇਲੇ ਜਿੱਤੇ ਆ ਆਓ ਪੰਜਾਬ ਹਰਿਆਣੇ ਦੇ ਆਹ ਮੁੰਡਿਆਂ ਨੇ ਵੱਡੇ ਵੱਡੇ ਮੇਲੇ ਜਿੱਤ ਲਏ ਆ ਵੀ ਅੰਮ੍ਰਿਤਸਰ ਗੁਰੂਆਂ ਦੀ ਧਰਤੀ ਹੈ ਮੋਗੇ ਵਾਲੇ ਫੌਜ ਵਿੱਚ ਦਾਵਾ ਭਰਤੀ ਲੋਹੇ ਨਾਲ ਮਾਨਸੇ ਦੇ ਚਾਟਾ ਸਲਝਾਉਣ ਮਸਲਾ ਆ ਲੁਧਿਆਣੇ ਆਟੋ ਚੰਡੀਗੜ੍ਹ ਆਸ਼ਕੀ ਤੇ ਮੁੱਕਣਾ ਨੀ ਕਦੇ ਵੀ ਬਠਿੰਡੇ ਅਸਲਾ ਲੁਧਿਆਣੇ ਆਟੋ ਚੰਡੀਗੜ੍ਹ ਆਸ਼ਕੀ ਤੇ ਮੁੱਕਣਾ ਨੀ ਕਦੇ ਵੀ ਆ ਬਠਿੰਡੇ ਅਸਲਾ ਆਓ ਸਾਹਮਣੇ ਰਾਲੀ ਕਹਿੰਦਾ ਜਗਰਾਤਾ ਚੱਲ ਪਿਆ ਗੱਲਾਂ ਹੋਣ ਗਈਆਂ ਆਹੋ ਬੱਲੇ ਲੈ ਵੀ ਦੌਲਤਪੁਰੀਆ ਇਹ ਤੇ ਕਿਸੇ ਗੱਲ ਨੂੰ ਮੁੱਕਣਾ ਹੁਣ ਤੇ ਮੇਰੇ ਮਿੱਤਰਾ ਜਿੱਤਾ ਹਾਰਾ ਸਿਆਣੇ ਕਹਿੰਦੇ ਆ ਪਹਿਲਾਂ ਤੇ ਪਹਿਲਾਂ ਹੀ ਹੁੰਦਾ ਤੇ ਦੂਜਾ ਦੂਜਾ ਹੀ ਹੁੰਦਾ ਆਓ ਕਹਿੰਦੇ ਨੰਬਰ ਪਹਿਲਾਂ ਦੂਜਾ ਟੀਮਾਂ ਜੂਝ ਰਹੀਆਂ ਆਹ ਬੱਲੇ 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 ਵਧੀਆ ਵਧੀਆ ਵਾਲੀਬਾਲ ਦਾ ਲੈ ਵੀ ਛੋਟੀ ਤੈਨੂੰ ਪ੍ਰਿੰਸ ਕਹਿੰਦੇ ਆ ਦੇ ਕੌੜੀ ਜਾਂਦੀ ਬਾਲ ਗੁੱਟਾਂ ਦੇ ਲਾਵੇ ਠੁੱਲੀ ਵਾਲੀਏ ਦੇ ਤੇ ਤੈਨੂੰ ਤਾਂ ਮੰਨਾ ਇੱਕ ਅੱਧੀ ਬਾਲ ਲਾਵੇ ਤੇ ਲੋਕਾਂ ਨੇ ਵਾਕਈ ਕਹਿਣਾ ਵੀ ਮੁੰਡਾ ਆਇਆ ਹੋਇਆ ਗਵਾਂਢੀ ਪਿੰਡ ਦਾ ਉਹ ਕਮਾਲ ਕਰੀ ਆਉਂਦਾ ਉਹ ਪੱਲੇ ਹਟ ਜਾ ਪਾਸੇ ਚੰਦਰਿਆ ਪਿੱਛੇ ਖਾਂ ਨਿਗਾਹ ਤੇ ਮਾਰ ਉਹ ਗੱਲਾਂ ਕਰੋ ਦੋ ਵਾਰੋ ਖੇਡ ਕਿਤਾਬ ਲੱਗੇ
200 ਰੇ ਆਪਾਂ ਵੀ ਮਾਣ ਕਰ ਦਿਆਂਗੇ ਗੱਲਾਂ ਹੋਣਗੀਆਂ ਮੇਰੇ ਹਿਸਾਬ ਨਾਲ 7-5 ਹੋ ਗਏ ਬਈ ਕੋਈ ਨਾ ਹਾਂਜੀ ਦੱਸੋ ਜੀ ਹਾਂ ਬਈ ਹਰਮਨ ਦੱਸ ਕੀ ਕਹਿੰਦਾ ਸੀ ਠੀਕ ਹੈ ਜੀ 5-7 ਹੋ ਗਏ ਮੇਰੇ ਖਿਆਲ ਨਾਲ ਹਰਮਨ ਗੱਲਾਂ ਉੱਚੀਆਂ ਨੇ ਮੈਂ ਵੀ ਜੱਸੇ ਨੰਬਰ ਦੱਸੀ ਕਿੰਨੇ ਹੈ 5-6 ਵਾਹ ਦੀ ਵਾਹ 5-6 ਆ ਲਵੀ ਪਰਮਿਆ ਸੀਨੀਅਰ ਪਲੇਅਰ ਲਾਲੀ ਹੈ ਤੇ ਗੱਲਾਂ ਬਾਤਾਂ ਵੱਖਰੀਆਂ ਨੇ ਆਓ ਸਾਹਮਣੇ ਮੈਂ ਵੀ ਲਾਲੀ ਕੋਈ ਚੱਕਰ ਨਹੀਂ ਜੀ ਨਿਮਰ ਦਾ ਬਹੁਤ ਹੈ ਲਵੀ ਖੜ ਕੇ ਨਾ ਪਰਮ ਕਰੋ ਦੀ ਸਰਵਿਸ ਕਰਦੀ ਹੈ ਮੈਂ ਸ਼ੁਰੂ ਲਵੀ ਲਾਲੀ ਬਾਈ ਮਾਰ ਕੇ ਨਾ ਬਿਸਲ ਹੈਲੋ ਇਧਰ ਸਾਡੇ ਵੀਰ ਕਹਿੰਦੇ ਆ ਵੀ ਕੋਈ ਵੀ ਪਲੇਅਰ ਓਕੇ ਵਿਜੇ ਮਲਕ ਵੀਰੇ ਕਮੈਂਟਰੀ ਵਾਲਾ ਦੂਰ ਆ ਥੋੜਾ ਮੇਰੇ ਕੋਲੇ ਆ ਜਾਣ ਤਾਂ ਫਿਰ ਬੁਲਾਉਣੇ ਆ ਵਿਜੇ ਵੀਰੇ ਵੇਟ ਕਰੋ ਜੀ ਕੋਈ ਵੀ ਪਲੇਅਰ ਸਿੰਗਲ ਹੈਡ ਦੀ ਸਮੈਸ਼ ਮਾਰਦਾ ਸ਼ੇਰੂ ਹਰ ਗਿਆ ਵੀਰੇ ਹਰ ਗਿਆ ਸੈਮੀ ਜੱਸੇ ਤੋਂ ਵੱਡੇ ਮਾਨ ਕਰ ਦੇਣੇ 200 ਦੀ ਨਗਦ ਰਾਸ਼ੀ ਜਜ਼ਾਰ ਨੇ ਲੜੀ ਬਾਈ ਯਾਰ ਜਜ਼ਾਰ ਨੇ ਕਿਹੋੜੀ ਬਾਲ ਮੂਰਤੀ ਤਾੜੀ ਨਹੀਂ ਮਾਰੀ ਯਾਰ ਤੁਸੀਂ ਫਾਈਨਲ ਆ ਵੀਰੇ ਛੋਟੀ ਉਮਰ ਦਾ ਸਟਾਰ ਹੈ ਪਰ ਵੇਖੋ ਹੋ ਗਈ ਕਮਾਲ ਨੰਬਰ 6-6 ਹੋ ਗਏ ਨੰਬਰ ਫੇਰ 6-6 ਹੋ ਗਏ ਹੈ ਬਿਪਲ ਗੁੱਜਰ ਬਾਈ ਠੀਕ ਹੈ ਜੀ ਜੂਮ ਫਿਰ ਜ਼ਿਆਦਾ ਥਰਡ ਵਾਲੇ ਬੰਦੇ ਨਹੀਂ ਦਿਖੇਗੇ ਬਾਈ ਆਸ ਪਾਸ ਜਾਂਦੇ ਹੋਏ ਬਾਲ ਉਠਾਉਂਦੇ ਹੋਏ ਸਹੀ ਹੈ ਜੂਮ ਬਾਈ ਫਿਰ ਗੜਬੜ ਹੋ ਜਾਏਗੀ ਤਜਿੰਦਰ ਕਿਹੜਾ ਪਿੰਡ ਆਪਣਾ ਭਰਾ ਸਪੋਰਟ ਭੇਜ ਰਿਹਾ ਬਾਰ ਬਾਰ ਸਟਾਰਾਂ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਈ ਪਿੰਡ ਕਿਹੜਾ ਆਪਣਾ ਤਜਿੰਦਰ ਸਿੰਘ ਬਾਈ ਸਟਾਰਾਂ ਦੀ ਸਪੋਰਟ ਭੇਜੀ ਹੈ ਭਰਾ ਨੇ ਬਹੁਤ ਬਹੁਤ ਧੰਨਵਾਦ ਪਿੰਡ ਜ਼ਰੂਰ ਦੱਸ ਜਵੰਦਾ ਕਨੇਡਾ ਤੇ ਹਰਮਨ ਦਿਓਲ ਲੋਟ ਵੱਡੀ ਵਾਲਾ ਗੁਰੀ ਜਵੰਦਾ ਕਨੇਡਾ ਤੇ ਹਰਮਨ ਦਿਓਲ ਉਹ ਸਾਡੇ ਭਰਾ ਕਹਿੰਦੇ ਜੇ ਸਲਾਰਪੁਰੇ ਵਾਲਾ ਸੱਤਾ ਰੈਸਰੀਏ ਜੱਸੇ ਦੇ ਹੱਥਾਂ ਦੇ ਬਾਲ ਖੜੀ ਕਰਦੇ ਆ ਤੇ ਬਾਲ ਲੱਗੀ ਨਾ ਪਤਾ ਲੱਗੇ ਵੀ ਬਾਕੇ ਬਾਲ ਲੱਗੀ ਆ ਤੇ ਇੱਕ ਬਾਲ ਦਾ ਮੁੱਲ 2100 ਪੈਰਾਂ ਲਿਆ ਵੀ ਇੱਕ ਵਾਰੀ ਤਾੜੀ ਮਾਰੋ ਮੇਰੇ ਵੀਰੇ ਦੇ ਜੱਸੇ ਦੇ ਹੱਥਾਂ ਦੇ ਬਾਲ ਸਵਾਰਪੁਰੇ ਵਾਲਾ ਖੜੀ ਕਰ ਗਿਆ ਤੇ ਰਮਣਿਆ ਹਰਮਨ ਵਰਗੇ ਗੁਰੀ ਵਰਗੇ ਕਹਿੰਦੇ ਆ ਵੀ ਆਪਾਂ 2100 ਦੇ ਦਿਆਂਗੇ ਲੋਟ ਬੱਤੀ ਵਾਲੇ ਭਰਾ ਹਰਮਨ ਜਵੰਦਾ ਕਨੇਡਾ ਉਹ ਗੱਲਾਂ ਹੋੜ ਗਈਆਂ ਰੁਪਈਆ 2100 ਇਹ ਤੇ ਸਮਾਂ ਹੀ ਦੱਸੂ ਇਹ ਤੇ ਸਮਾਂ ਦੱਸੂ ਕਿਹਦੇ ਹੱਥ ਸਕੂਟਰ ਦੀ ਮਗਲੀ ਲੈ ਡਰ ਗਏ ਕਰ ਦਿੱਤਾ ਪਰ ਹੁਣ ਮੇਰੇ ਮਿੱਤਰ ਗੱਲ ਬਾਤ ਕਿਤੇ ਟਿਕਾਣੇ ਲਾਊ ਬਹਾਦਰਗੜੀਆ ਰਵੀ ਲਵੀ ਨੱਥੋ ਵਾਲੀ ਗੁਰਲਾਲ ਨੂੰ ਪਾਣੀ ਪਲਾਸ ਦਾ ਸੰਗੀਤ ਹੁੰਦਾ ਹੈ ਉਧਰ ਰੂਬੀ ਕਨੇਡਾ ਤੇ ਹੈਪੀ ਯੂਐਸਏ ਵਾਲੇ ਭਰਾ ਵੱਲੋਂ ਦੋਨੋਂ ਬੁਲਾਰਿਆਂ ਦੇ ਲਈ ਵੱਡੇ ਮਾਣ ਪੁੱਜਦੇ ਕੀਤੇ ਗਏ ਆ ਨਾਲ ਫਾਈਨਲ ਮੈਚ ਵਾਲੀਆਂ ਦੋਨੋਂ ਟੀਮਾਂ ਦੇ ਲਈ 500-500 ਦੇ ਵੱਡੇ ਮਾਣ ਸਾਡੇ ਭਰਾਵਾਂ ਵੱਲੋਂ ਪੁੱਜਦੇ ਕੀਤੇ ਗਏ ਆ ਦਿਲੋਂ ਧੰਨਵਾਦ ਮੈਂ ਤੇ ਕਰਦਾ ਰੂਬੀ ਕਨੇਡਾ ਸਾਡਾ ਵੀਰ ਹੈ ਨਾਲ ਹੈਪੀ ਯੂਐਸਏ ਵਾਲਾ ਸਾਡਾ ਭਰਾ ਪਰ ਇੱਧਰ ਮੁਕਾਬਲਾ ਬੜਾ ਚੋਟੀ ਦਾ ਖੇਡਿਆ ਜਾ ਰਿਹਾ ਹੈ ਆਓ ਟੱਕਰ ਵੱਡੀ ਆ ਐਨਆਰ ਆਈ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਹੈ ਆਏ ਸਾਲ ਵੱਡੇ ਸਹਿਯੋਗ ਹੁੰਦੇ ਆ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਆਓ ਸਵਾਹ ਕੋਈ ਹੀਲਾ ਲਾ ਰਿਹਾ ਕੋਈ ਤੋੜ
कोई यंत्र मंत्र मारे दे गल फिर टिकाने लगूगी। आओ मेरे मित्रो वेरिया फिरदा चुभर ते गल्ला बातां टिकाने आ भाई सत्ते दा पुत्र भी आया होया अनमोल भी आया छोटा वीर आओ गल बात मेरे मित्रो टिकाने लग रही है खेड दे मैदान दे विच। लाओ सामने इधर कहते फटे माना सरमाना की गल आ खेड ग्राउंड के अंदर पर मैच बड़ा चोटी का खेडा जा रहा खेड ग्राउंड के आओ पले 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 वाह ओए मित्रा भई वाली आ तेरा इलाका मित्रा ते दुनिया नू दस भी मैनू लोकी प्रिंस क्यों कहते हैं ते दुनिया नू दसना पैना है अज तेरे एरिए का वड्डा कप है ते पट्टे कप की पट्टी गलबात है मित्रा भी चेक करी इतिहास किन्ने यार बंदे खास आओ किन्ने पुन किन्ने पाप बोलदे ते मित्रा नू बोलने दी परमिंदरा लोर कोई ना के साडे बल्लिया रिकॉर्ड बोलदे मित्रा नू बोलने दी लोर कोई ना साडे बल्लिया रिकॉर्ड बोलदे आओ एक जगह नहीं है हर थां बोलदे रिकॉर्ड बोलदे आ गल्ला तोड़ गया आओ चर्चे बड़े ते सामने सर्विस करने लई फिर बहादुर गड़िया मुंडा दिल्ली दे लागे करके चल के आया ड्यूटी सामने वाले विच पक्की आ ए रवि आ मेरे मित्रो बहादुर गड़िया मुंडा फिर सर्विस करने लई तैयार आ ते समान पुरे वाले आ इन्ना सौखा उन्ना जित नहीं देना जिन्ना सौखा जित नूं फिरदा कहवे ਥੁੱਲੀ ਵਾਲੀਏ ਨੂੰ ਵੀ ਦੋ ਚਾਰ ਨੰਬਰ ਜੇ ਤੂੰ ਕਰ ਦੇ ਤੇ ਗੱਲ ਕੁਝ ਹੋਰ ਹੀ ਹੋ ਰਹੀ ਆ ਲੈ ਵੀ ਸੁਣੀ ਆ ਜੇ ਥੁੱਲੀ ਵਾਲੀਆ ਸਣੀ ਜਿਤਾਵੇ ਮੈਚ ਤੇ ਬਾਈ ਲਾਲੀ ਵਰਗਿਆਂ ਤੋਂ ਵੱਡੇ ਮਾਰ ਕਰਾ ਰਹੇਗੇ ਬਾਈ ਲਾਲੀ ਵਰਗਿਆਂ ਤੋਂ ਵੱਡੇ ਮਾਰ ਕਰਾ ਰਹੇਗੇ ਨੰਬਰ ਫੇਰ ਜੋੜ ਗਏ ਮੁੰਡੇ ਉਧਰ ਵਿਜੇ ਮਲਕ ਸਾਡਾ ਵੀਰ ਕਹਿੰਦਾ ਵੀ ਜੇ ਜੱਸਾ ਸੱਤੇ ਦੇ ਹੱਥਾਂ ਤੇ ਬਾਲ ਲਾਵੇ ਤੇ 500 ਦਿੱਤਾ ਜਾਵੇਗਾ ਵੱਡੇ ਮਾਨਾ ਸਰਮਾਨਾ ਦੀ ਗੱਲ ਹੈ ਵਿਜੇ ਮਲਕ ਸਾਡਾ ਵੀਰ ਆ ਭਰਾ ਹੈ ਸਾਡਾ ਖੇਡ ਦੇ ਗਰਾਊਂਡਾਂ ਦਾ ਸ਼ਿੰਗਾਰ ਆ ਮੁੰਡਾ ਤੇ ਜਿੱਥੇ ਜਿੱਥੇ ਵੀ ਹੈ ਮੈਚ ਹੁੰਦੇ ਆ ਤੇ ਵੀਰ ਸਾਡੇ ਲਾਈਵ ਜੁੜਦੇ ਆ ਇਹਨਾਂ ਗਰਾਊਂਡਾਂ ਬਾਲ ਲੱਗੀ ਆ ਸੱਤੇ ਦੇ ਹੱਥਾਂ ਦੇ ਵਿਜੇ ਵੀਰੇ 7 ਤੇ 6 ਹੋ ਗਿਆ ਵੀਰੇ 8 ਹੋ ਗਏ ਜੀ ਸੱਤੇ ਦੇ ਬਾਲ ਲੱਗੀ ਆ ਜੱਸੇ ਦੀ ਕੋਈ ਟੱਕਰਾ 8 ਤੇ 6 ਪੁਆਇੰਟ ਹੋ ਗਏ ਜੀ ਬਾਲ ਵੀ ਲੱਗੀ ਆ ਜੱਸੇ ਦੀ ਵੀਰੇ ਕਿਸੇ ਗੱਲ ਨਾਲ ਹੀ ਆਉਣਗੇ ਇਹ ਤੇ ਗੱਲ ਸੱਚ ਆ ਨੋਟ ਕਰ ਲਿਓ ਵਿਜੇ ਵੀਰੇ ਬਾਲ ਲੱਗੀ ਆ ਜੀ ਧੰਨਵਾਦ ਹੈ ਪਾਣੀ ਦੀ ਸੇਵਾ ਕਰਦਾ ਵੀਰ ਸਾਡਾ ਇਹਨਾਂ ਪਿੰਡਾਂ ਦਾ ਮਾਣ ਹੈ ਤੇ ਬੜਾ ਪਿਆਰ ਹੈ ਸਾਡੇ ਵੀਰ ਨੂੰ ਇਹਨਾਂ ਗਰਾਊਂਡਾਂ ਦੇ ਨਾਲ ਲੰਮਾ ਸੰਘਰਸ਼ ਹੈ ਇਸ ਮੁੰਡੇ ਦਾ ਤੇ ਲੰਮੇ ਸੰਘਰਸ਼ ਦੇ ਨਾਲ ਆ ਮੁੰਡਾ ਆਓ ਜੂਝ ਰਿਹਾ ਆਓ ਜੂਝ ਰਿਹਾ ਹੈ ਤੇ ਨੱਥੋ ਵਾਲੀ ਆ ਪ੍ਰਧਾਨ ਵੀ ਕਹਿੰਦਾ ਹੈ ਵੀ ਕੱਲ ਨੂੰ ਆਪਾਂ ਸੋਚਾਂ ਦੇ ਵਿੱਚ ਆ ਤੇ ਕਿੱਧਰ ਜਾਣਾ ਹੈ ਪਰ ਇਹ ਤੇ ਸਮਝ ਦੱਸੋ ਪ੍ਰਧਾਨ ਤੇ ਕੱਲ ਨੂੰ 2 ਮਿਲੇ ਆ ਤੇ ਗੱਲਾਂ ਹੋਰ ਗਈਆਂ ਹੈ ਤੇਰੇ ਵੱਡੇ ਮੇਰੇ ਮਿੱਤਰੋ ਆ ਆਓ ਗੱਲਾਂ ਤੋੜੀਆਂ ਉਧਰੋਂ ਪਰਮਿੰਦਰ ਭੰਡੇਰ ਸਾਡਾ ਵੀਰ ਕਹਿੰਦਾ ਦੇ ਸਵਾਰਪੁਰ ਵਾਲਾ ਸੱਤਾ ਜੱਸੇ ਦੇ ਹੱਥਾਂ ਦੇ ਬਾਲ ਲਾ ਗਿਆ ਤੇ ਵਧੀਆ ਵਧੀਆ ਪੁਨੀਤ ਬੱਸਿਆ ਕੀ ਵਾਲਾ ਬਈ ਭਾਵੇਂ ਜੱਸਾ ਲਾ ਰਹੇ ਆ ਜੱਸੇ ਨੇ ਹੋਰ ਪਟਾਕਾ ਪਾਤਾ ਕੋ ਮੇਰੇ ਮਿੱਤਰੋ 9-6 ਹੋ ਗਏ ਵੀਰੇ ਪਰ ਬਾਲ ਪਰਮਿੰਦਰਾ ਕਿਸੇ ਆ ਗੱਲ ਨੂੰ ਹੀ ਲੱਗਣੀ ਆ ਤੇਰੇ ਵਾਲਾ 200 ਕਿਸੇ ਗੱਲ ਨੂੰ ਰੇਜ ਪੈਣਾ ਹੈ ਆਣ ਮੇਰੇ ਮਿੱਤਰੋ ਸਵਾਰ ਜਿਹੜਾ ਵੱਧ ਗਿਆ ਖੇਡ ਦੇ ਮੈਦਾਨ ਦੇ ਵਿੱਚ ਆਓ ਮੇਰੇ ਮਿੱਤਰੋ ਨੰਬਰ ਜੱਸਿਆ 9 ਹੋ ਗਏ 9-6 ਆ ਤੇ ਨੰਬਰ ਵੀ ਜੋੜਦਾ ਚੌਂਟੀ ਨੇ ਪਾਸੇ ਤੋਂ ਸਾਈਡਾਂ ਚ ਆ ਜੀ ਦਸਮਾ ਡੁੱਟ ਗਿਆ ਤੇ ਪ੍ਰਧਾਨ ਜੀ ਸਾਡਾ ਕੀ ਵਾਲਾ ਵੀਰੇ ਆਸਟ੍ਰੇਲੀਆ ਦੇ ਹੋਣ ਲੱਗੀਆਂ ਨੇ ਆ ਸੀਨੀਅਰ ਆਸਟ੍ਰੇਲੀਆ ਵੈਲਕਮ ਜੀ ਜਿਹੜੀਆਂ ਚੇਂਜ ਹੋ ਗਈਆਂ ਤੇ ਨੰਬਰ ਮੁੰਡੇ 10ਵਾਂ ਡੁੱਟ ਗਿਆ ਤੇ ਬਹਾਦਰ ਗੜੀਆ ਵੇਰ ਵੇਰ ਕੇ ਤੁਰਦਾ ਹਾਂਜੀ ਹਾਂਜੀ ਤੁਹਾਡਾ 500 ਆ ਗਿਆ ਮੇਰੇ ਕੋਲੇ ਵਿਜੇ ਵੀਰੇ ਦੇ ਦਿੰਦੇ ਆ ਲਾਈਵ ਦੇ ਸਾਹਮਣੇ ਦੀ ਵੇਰ ਮੈਂ ਤੋਂ ਬਾਅਦ ਦਵਾਂਗੇ ਜੀ ਜੱਸੇ ਨੂੰ ਪਹਿਲਾਂ ਡੇਟ ਕਰਦੀ ਆ ਆਗੇ ਆਗੇ ਵਿਜੇ ਵੀਰੇ ਆਗੇ ਤੁਹਾਡੇ ਜੀ ਇਧਰ 10-6 ਦੀ ਟੱਕਰ ਜਿਹੜੀ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਆ ਮਿੱਤਰਾਂ ਔਰ ਮੁੰਡੇ ਕਹਿੰਦੇ ਨੰਬਰ 11ਵਾਂ ਜੋੜਨ ਲਈ ਬਾਕੀ ਐਨ ਵੱਡਾ ਸੰਘਰਸ਼ ਲੜਦੇ ਹੋਏ ਆ
पर ਉਹ ਮੁੰਡੇ ਸਰਵਿਸ ਚੇਂਜ ਕਰਨਗੇ ਜਾਂ ਨਹੀਂ ਇਹ ਤੇ ਗੱਲਬਾਤ ਮਿੱਤਰਾ ਸਮੇਂ ਤੇ ਆ ਕੇ ਖੜਨੀ ਹੈ ਭੱਟੀ ਸਿੱਖ ਸਰਦਾਰ ਹੈ ਕਰੀਏ ਥੋੜਾ ਜੂਮ ਵਿੱਚ ਮੁੰਡੇ ਨੇ ਕਹਿੰਦੇ ਬੋਲ ਬਾਲੇ ਵੱਡੇ ਆ ਪਰ ਇਹਨੂੰ ਦੁਨੀਆ ਕਰਿਓ ਚੈੱਕ ਬਾਈ ਠੀਕ ਆ ਚੁੱਟੀ ਕਹਿੰਦੀ ਆ ਆਹ ਚਰਚੇ ਮੁੰਡੇ ਦੇ ਸੱਤ ਸਮੁੰਦਰੋਂ ਪਾਰ ਆ ਸਾਡੇ ਵੀਰ ਦੇ ਗੱਲਾਂ ਬਾਤਾਂ ਵੱਡੀਆਂ ਨੇ ਓਏ ਬੱਲੇ 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 ਇੱਥੇ ਰੱਖ ਆਓ ਸਵਾਦ ਮੇਰੇ ਮਿੱਤਰੋ ਖੇਡ ਦੇ ਗਰਾਊਂਡ ਦੇ ਅੰਦਰ ਵੱਜਿਆ ਪਿਆ ਵੀ ਬਹੁਤ ਰੂੜੀਆਂ ਚੁੱਕਾਈਆਂ ਸੀ ਚੌਕਾਂ ਚ ਕਈ ਪੱਕਰੇ ਬਣਾਤੇ ਪੁੱਤ ਸ਼ੇਰਾਂ ਦੇ ਬਾਗ ਲਾ ਕੇ ਬਦਾਮਾਂ ਦੇ ਉਹ ਢਿੱਲੋਆ ਤੇ ਪੁੱਛੀ ਦੇ ਨੀ ਭਾ ਕਦੇ ਫੇਰ ਆਉਂਦੇ ਹੁਣ ਦੇਖਿਓ ਕਿਵੇਂ ਜਸਪ੍ਰੀਤ ਵੀਰੇ ਕਿਸੇ ਦੀ ਛੱਡ ਕੇ ਤੇ ਕਦੇ ਚਾਤ ਨਾਲ ਪਰਖ ਨਾ ਯਾਰ ਨੂੰ ਵੀ ਮਰੇ ਬੰਦੇ ਦੇ ਨੇਫੇ ਚੋਂ ਜਿਹੜਾ ਨਿਕਲੇ ਤੇ ਕੀ ਅੱਗ ਲਾਉਣੀ ਐਸੇ ਹਥਿਆਰ ਨੂੰ ਗੱਲ ਤੇ ਸੱਚਾ ਪਰ ਉਧਰ ਇੱਥੇ ਰੱਖ ਵਾਹ ਓਏ ਮਿੱਤਰਾ ਕੱਲ ਨੂੰ ਲੋਕੋ ਦੇ ਵਿੱਚ ਰੌਣਕਾਂ ਆਹ ਪੱਟੀਆਂ ਨੇ ਤੇ ਚਰਚਾ ਹੋਵੇਗੀ ਜ਼ਰੂਰ ਪਰ ਆਹ ਬਹਾਦਰਗੜੀ ਆ ਆਓ ਆਹ ਬਹਾਦਰਗੜੀ ਆ ਅੱਜ ਕੱਚੀ ਦਾ ਮੇਲਾ ਤੇ ਕੱਲ ਨੂੰ ਮੀਡੀਅਮ ਦੇ ਦੋ ਮੇਲੇ ਆ ਗੱਲਾਂ ਵੱਡੀਆਂ ਮੇਰੇ ਮਿੱਤਰੋ ਹੋਣਗੀਆਂ ਆਓ ਸਾਹਮਣੇ ਬੱਲੇ ਬੱਲੇ ਕਰਾਈ ਤੁਰਿਆ ਉਹਦਾ ਸਵਾਰਪੁਰੇ ਵਾਲਾ ਵੀ ਜਸਪ੍ਰੀਤ ਵੀਰੇ ਥੋੜਾ ਕੰਧ ਦਾ ਚਵੱਕਾ ਜ਼ਰੂਰ ਪੈਂਦਾ ਕੰਧ ਕਰਕੇ ਥੋੜਾ ਜਿਹਾ ਫਿੱਟਾ ਆਓ ਬੱਲੇ ਗਲਤੀ ਇੱਕ ਹੈਗੀ ਆ ਪ੍ਰੋਬਲਮ ਬਾਲ ਦੇਖਣ ਤੋਂ ਉਧਰ ਆਉਂਦੀ ਉਹ ਪ੍ਰੋਬਲਮ 11 ਤੇ 6 ਕੰਧ ਕਰਕੇ ਉਧਰ 11 ਤੇ 6 11 6 ਸਕੋਰ ਹੋ ਗਏ ਜੀ 11 6 ਸੰਦੀਪ ਬਾਈ 11 ਰੈਸਰ ਮੁੰਡਿਆਂ ਨੇ ਬਣਾ ਲਈ ਆ 6 ਚੈਣਿਆਲ ਦੀ ਲੀਡ ਮੁੰਡਿਆਂ ਨੇ ਬਣਾ ਲਈ ਆ ਤੇ ਇਥੋਂ ਪਰਮਿਆ ਲੀਡ ਪੱਟਰ ਚ ਸਾਥ ਮੇ ਤੇ ਗੱਲ ਫੇਰ ਬੰਨੀ ਆ ਬੰਟੀ ਕਿੱਥੇ ਦਬਦਾ ਫੰਟੀ ਲਵੀ ਦੱਸੀ ਕਿੱਥੇ ਦਬਦਾ ਆਓ ਗੱਲਾਂ ਦੇ ਟਿਕਾਣੇ ਆ ਬਾਲ ਆਊਟ ਚਲੀ ਗਈ ਆ ਖੇਡ ਦੇ ਮੈਦਾਨ ਦੇ ਵਿੱਚ ਪਤਾ ਬੰਟੀ ਨੂੰ ਵੀ ਆ ਜਿਹੜੀ ਆ ਚੇਂਜ ਉਹਨੂੰ ਮਿਲ ਗਈ ਛਿੰਦੇ ਪਤਾ ਕੁਝ ਨੀ ਵੀ ਦੀਪਿਆ ਗੱਡੀ 11-11 ਦੇ ਲਿਆ ਕੇ ਖੜੀ ਕਰਦੇ ਆ ਪਤਾ ਉਹਦਾ ਕੁਝ ਨੀ ਵੀ ਇੱਥੋਂ 11-11 ਦੇ ਗੱਡੀ ਦੇ ਖੜੀ ਕਰ ਗਿਆ ਤੰਗ ਬੜਾ ਕਰੂ ਸਿਮਰਨ ਵੀਰੇ ਬਿਲਕੁਲ ਫਾਈਨਲ ਆ ਜੀ ਮੈਂ ਦੱਸਿਆ ਵੀ ਪਤਾ ਉਹਦਾ ਇੱਥੋਂ ਵੀ ਕੁਝ ਨੀ ਨੰਬਰ 7ਵਾਂ ਦੌੜ ਗਿਆ ਨੰਬਰ 7ਵਾਂ ਦੌੜ ਗਿਆ 8ਵੇਂ ਨੰਬਰ ਦੀ ਟਰਾਈ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਆਓ ਸਾਹਮਣੇ ਬੱਲੇ 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 8ਵਾਂ ਨੰਬਰ ਕਿਸੇ ਗੱਲ ਕਰਕੇ ਜੁੜਨਾ ਲਾਓ ਸਾਹਮਣੇ 8ਵਾਂ ਨੰਬਰ ਕਿਸੇ ਗੱਲ ਕਰਕੇ ਜੁੜਨਾ ਮਿੱਤਰਾ ਆ ਦੇਖੋ ਖੇਡ ਗਰਾਊਂਡ ਦੇ ਅੰਦਰ ਮੈਚ ਬੜੇ ਚੋਟੀ ਦੇ ਖੇਡੇ ਜਾ ਰਹੇ ਆ ਖੇਡ ਦੇ ਗਰਾਊਂਡਾਂ ਦੇ ਅੰਦਰ ਕਈਆਂ ਨੇ ਫੁੱਲਟ ਵੀ ਜਿੱਤੇ ਆ ਤੇ ਚਰਚਾ ਦੇ ਵਿੱਚ ਆ ਮੁੰਡੇ ਤੇ ਕਈਆਂ ਨੇ ਮੋਟਰਸਾਈਕਲ ਜਿੱਤ ਕੇ ਇਤਿਹਾਸ ਵੱਡੇ ਰਚੇ ਹੋਏ ਆ ਗੱਲ ਤੇ ਸੱਚ ਆ ਮਿੱਤਰਾ ਖੇਡ ਗਰਾਊਂਡ ਦੇ ਵਿੱਚ ਵੀ ਕੰਧ ਟੱਪ ਗਈ ਜੋ ਮਾਪਿਆਂ ਦੇ ਘਰ ਦੀ ਆਓ ਪਸਦੀ ਕਿਤੇ ਨਾ ਸੱਚ ਮੰਨਿਓ ਨਾ ਉਹ ਬੈਠ ਕੇ ਅਮਰੀਕਾ ਵਿੱਚ ਹੁੰਦੇ ਹੋ ਕੰਮ ਕਾਂਦੀ ਹੁਣੀ ਕਰਕੇ ਜੋ ਖੰਨੇ ਹੋ ਵੀਰੇ ਚੰਗਲਾਂ ਦੇ ਤਖ਼ਤ ਨਹੀਂ ਆਓ ਚੱਲਦੇ ਪਲਟੇ ਘੇਰ ਕੇ ਉਹ ਖਿੱਦਲਾਂ ਦੀ ਡਾਰ ਨੂੰ ਵੀ ਮਰੇ ਬੰਦੇ ਦੇ ਨੇਫੇ ਚੋਂ ਜਿਹੜਾ ਨਿਕਲ ਅੱਗ ਲਾਉਣੀ ਹੈ ਐਸੇ ਹਥਿਆਰ ਨੂੰ ਪਰਮਿੰਦਰ ਭੰਡੇ ਸਾਡਾ ਬਾਈ ਕਹਿੰਦਾ ਰੇ ਸੱਤਾ ਜੱਸੇ ਦੇ ਹੱਥਾਂ ਦੇ ਜਾਂ ਠੁੱਲੀ ਵਾਲੀ ਆ ਸੜੀ ਆ ਚੌਂਟੀ ਦੇ ਹੱਥਾਂ ਦੇ ਬਾਲ ਲਾ ਗਿਆ ਤੇ ਆਪਾਂ 200 ਦੇ ਵੱਡੇ ਮਾਣ ਕਰ ਦਿਆਂਗੇ ਵੱਡੇ ਮਾਣ ਜਿਹੜੇ ਕੀਤੇ ਜਾਣਗੇ ਮੇਰੇ ਮਿੱਤਰੋ ਆਓ ਗੱਲਾਂ ਬਾਤਾਂ ਮੁੜ ਗਈਆਂ ਖੇਡ ਦੇ ਮੈਦਾਨ ਦੇ ਵਿੱਚ ਹੜੀਆਂ ਆ ਹੋਇਆ ਮਾਂਗੇ ਵਾਲੀਆਂ ਨਾਲ ਪ੍ਰਿਤ ਬਾਈ ਆ ਨਾਲ ਗੁਰੀ ਵਰਗੇ ਆ ਤੇ ਦੌਲਤਪੁਰ ਵਾਲੇ ਲਾਲੀ ਨੂੰ ਬੱਚਾ ਬੱਚਾ ਜਾਣਦਾ ਆਓ ਲਾਲੀ ਆਇਆ ਹੋਇਆ ਤੇ ਮੇਰੇ ਮਿੱਤਰੋ ਅੱਜ ਦਾ ਮੇਲਾ ਫਾਈਨਲ ਮੈਚ ਆ ਉਹ ਬੱਲੇ 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 ਜਿੱਸੇ ਨਾ ਹੋ ਗਏ ਪਹਿਲਾਂ ਕਈਆਂ ਨੂੰ ਮਜ਼ਾਕ ਲੱਗਿਆ ਹੋਣਾ ਵੀ ਨੰਬਰਦਾਰ ਕਿਤੇ ਐਵੇਂ ਬੋਲੀ ਜਾਂਦਾ ਮੈਂ ਪਹਿਲਾਂ ਦੱਸਿਆ ਵੀਡੀਓ ਕੈਮਰਾ ਤੁਰ ਪਿਆ 9-11 ਹੋ ਗਏ ਜੀ ਉਹਨੇ ਗੱਡੀ 11-11 ਦੇ ਲਿਆ ਕੇ ਫੜੀ ਕਰ ਦੇਣੀ ਆ 9-11 ਹੋ ਗਏ 3 ਨੰਬਰ ਲਾ ਗਿਆ ਚੇ ਲੈ ਕੇ ਤਾੜੀ ਕਿਉਂ ਨੀ ਮਾਰਦੇ ਸਵਾਰਪੁਰੇ ਵਾਲਾ 3 ਨੰਬਰ ਲਾ ਗਿਆ ਚੇ ਲੈ ਕੇ ਪਰ ਉਹ ਠੁੱਲੀ ਵਾਲੀਆਂ ਸੜੀ ਗਲਤੀ ਕਰ ਗਿਆ ਖੇਡ ਦੇ ਮੈਦਾਨ ਦੇ ਵਿੱਚ ਠੁੱਲੀ ਵਾਲੀਆਂ ਸੜੀ ਤੇ ਚੌਂਟੀ ਦੀ ਬੱਲੇ ਬੱਲੇ ਆਹ ਲਾਕੇਟ ਹੋਈ ਪਈ ਆ ਤੇ ਜੋਟੀ ਦੀ ਖੇਡ ਜੇ ਵਧੀਆ ਲੱਗੀ ਤਾੜੀ ਦੇ ਮਾਰੋ ਯਾਰ ਜੋਟੀ ਮਿਲੀ ਆ ਇਸ ਇਲਾਕੇ ਦਾ ਮਾਰ ਆ ਬਈ ਵਾਲੀਆ ਉਹ ਪਰ ਮੇਰੇ ਮਿੱਤਰੋ ਗੱਲ ਬਾਤ ਵੱਡੀ ਆ ਉਹ ਬੱਲੇ 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 ਜਿੱਤੀ ਸਵਾਰਪੁਰੇ ਵਾਲੇ ਨੇ ਗੱਡੀ ਆ
गलबात वड्डी आ सवारपुर वाले ते गड्डी लगी ते गड्डी दित्ती हुई आ ओ मेरे मित्रों पंजा दे थल्ले रखिया सी एक वड्डी टीम नूं ते सवारपुर वाले ने गड्डी दित्ती गल्लां होईआं ओ मेरे मित्रों गिरिंदगढ़ दे मेले दीआं पिंडे अड़गे आए आ जग्गा भी आया होया आण कहाणी कहिंदे टिकाणे लगदी आ इत्थों दे टेन हो गई ते फिर गलबात वखरी ते जे नंबर बारवां जुड़ गया फिर ते गल ही टिकाने लगदी जिसा कहना थोड़ा रहा होर लवे लग जाएंगे फरवाली वाला आया होया यारी चौंटी नाल पक्की आ आओ मेरे मित्रों मुंडे दी लवी गुरलाल करी गल मुंडिया दी बाकी आण जसो दे नाल चौंटी दा भी बड़ा प्यारा मेरे मित्र जिथे जिथे जाते आ मुंडे ते रहिंदे इकट्ठे आ इहदे विच कोई शक नहीं पर अज मेला इलाके दा ते इलाके दे विच धक पई हुई है अज दे सुफड्डे मेले दी खेड ग्राउंड दे अंदर आ बड़ा चांदार मुकाबला खेडा जा रहा है भी जसर उत्ते कणकां नूं पहला पानी लाउंदे चट ते तोड़िए नूं पैंदे जदों आ पीले पीले फुल वे उस रुत्ते सज्जण मिला दे रप्पा मेरिया सारी ही उम्र तेरा आओ तारी जाऊ मुल वे गल ते बात सच्ची आ मित्रा ते उही समय उही मौसम है पर इधर थाड़ थाड़ हो रही है इधर मोहाली की धरती है कल लोपो रौनक है तो नाल ही कोठे गुरु के रौनक ने तो 11 तरीक न करपाले वाले अग निकलू गल तो सच है मित्रा वो भागा वाली कि मुंडे हो गए जिन्हों के हिस्से लवी 12 हो गए राह चौंटी कमाल कर दिए प्रिंस है डालीवाल आओ सामने गलबात वड्डिया बहादुर दिया आओ मुंडा दुरे मित्रों पूरा फेटा ते परमिंदर कहना भी जिवें पिछले मैच आओ मेरे मित्रों रैसरिया जसा बालां नूं हाइट दिंदा सीगा दे हुण इक बाल हाइट दे नाल खड़ी कर गया ते आपां 200 दे वड्डे माण कर देंगे जसे दे आ दे बाल हाइट दे नाल खड़ी कर गया गल्लां होणगीआं मेरे मित्रों खेड दे मैदान दे विच आओ तूफान फेर ट्राई ते करदा बस चलण नहीं दिंदे पर इत्थे समां दसू समां दसू समां दसू बहादुर गड़िया करे करे दिमाग ते कम लैणा पैंदा बहादुर गड़िया करे करे दिमाग ते कम लैणा पैंदा ਲੈ ਵੀ ਬਈ 9-12 ਦੱਸੇ 9-12 ਸਰਵਿਸ ਹੋ ਗਈ ਆ ਉਧਰੋਂ ਲੋਟਵੱਟੀ ਵਾਲੇ ਮੁੰਡੇ ਕਹਿੰਦੇ ਆ ਹਰਮਨ ਤੇ ਗੁਰੀ ਯਾਰੀ ਵੀ ਪੱਕੀ ਆ ਫੱਟੇ ਦੇ ਗੱਡੇ ਕਿੱਲਰ ਗਈ ਵੀ ਸਾਨੂੰ ਫਕਰ ਦੋਸਤਾਂ ਤੇ ਤਾਈਓ ਹੋਣ ਯਾਰੀ ਸਾਡੀ ਨੇ ਕਰਕੇ 9-12 ਰਾੜੇ ਖੇਲੇ 9 ਚੈਣੇ ਵਾਲ ਸੱਤੇ ਦੇ ਸਰੀ ਦੇ 12 ਰੈਸਰ ਸੱਚੇ ਯਾਰ ਨਹੀਂ ਜਾਂਦੇ ਹਰਮਨ ਤੇ ਗੁਰੀ ਉਹ ਭਰਾ ਕਹਿੰਦੇ ਦੇ ਸਵਾਰ ਪਰੇ ਵਾਲਾ ਸੱਤਾ ਭਾਵੇਂ ਜੋਤੀ ਤੇ ਭਾਵੇਂ ਜੱਸੇ ਤੇ ਹੱਥਾਂ ਦੇ ਬਾਲ ਆ ਗਿਆ ਤੇ 3100 ਦੇ ਲਿਆਂਗੇ ਇੱਕ ਬਾਲ 3100 ਦੀ ਹੋਣੀ ਹੈ ਤੇਰਾ ਨਾ ਹੋ ਗਏ ਮੇਰੇ ਹਿਆਰਾਂ ਪੁਆਇੰਟ ਬਈ ਮੈਂ ਵੀ ਜੱਸੇ ਨੰਬਰ ਦੱਸੀ 13 ਹੋ ਗਏ 13-9 ਮੇਰੇ ਮਿੱਤਰੋ ਆ ਉਧਰੋਂ ਪਰਮਿੰਦਰ ਪਧੇਰ ਕਹਿੰਦਾ ਵੀ ਪਿਛਲੇ ਨੰਬਰ ਦਾ ਜੱਸੇ ਲਈ ਆ 200 ਦੇ ਵੱਡੇ ਮਾਣ ਆਏ ਆ ਆਓ ਰੈਸਰੀਏ ਜੱਸੇ ਦੇ ਲਈ 200 ਦੇ ਆ ਵੱਡੇ ਮਾਣ
ਜਿਹੜੇ ਆਏ ਆ ਯਾਰੀ ਪੱਕੀ ਆ ਪਿਰਤ ਪਰਮਿੰਦਰ ਤੇ ਗੁਰੀ ਦੀ ਹੜੀ ਦੇ ਨਾਲ ਮੇਰੇ ਮਿੱਤਰੋ ਭਰਾ ਹੋਏ ਆ ਭਰਾਵਾਂ ਨੂੰ ਭਰਾਵਾਂ ਦੇ ਮਾਣ ਹੁੰਦਾ ਤੇ ਗੋਬਿੰਦਗੜੀਏ ਪਿੰਡੇ ਦਾ ਵੀ ਚਿੱਤ ਨਹੀਂ ਲੱਗਦਾ ਵੀ ਇੱਥੇ ਕੀ ਬਣੀ ਜਾਂਦਾ ਵੀ ਪਿੰਡਿਆ ਹਲੇ ਬਹੁਤ ਕੁਝ ਬਾਕੀ ਆ ਵੀ ਤਰਛੇ ਤਰਛੇ ਤੁਮ ਛੋ ਕੇ ਲਾਲ ਕੀ ਰੱਖਤੇ ਹੋ ਕੇ ਕੁਛ ਨੀ ਹੁਆ ਮੈਡਮ ਆਹ ਗੁਸਗੀ ਆਖ ਮੇ ਮਾਖੀ ਆ ਟੀਜਰ ਹੀ ਦੇਖਿਆ ਮੇਰੇ ਹਿਸਾਬ ਨਾਲ ਕਾਪੀ ਹੈ ਨੰਬਰਾਂ ਤੇ ਮੇਰੇ ਕੱਪ ਲੱਗਦੇ ਆ ਸਾਨੂੰ ਬਾਕੀ ਆ ਟੀਜਰ ਹੀ ਵੇਖਿਆ ਏ ਵਾਹ ਜਸਵੰਤ ਤੇਰੀਆਂ ਵੀ ਗੱਲਾਂ ਟਿਕਾਣੇ ਹੁੰਦੀਆਂ ਬਰੂਥੀ ਹਾਲਾ ਕੱਲੇ ਲਲਕਾਰੇ ਮਾਰੀ ਜਾਂਦਾ ਰਬ ਰਿਹਾ ਬਾਰਾ ਫੇਟਾ ਆਓ ਚਰਚੇ ਵੱਡੇ ਆ ਮੇਰੇ ਮਿੱਤਰੋ ਆਇਆ ਹੋਇਆ ਬਰੂਦੀ ਵਾਲਾ ਜਸਵੰਤ ਐਨ ਗੱਲਾਂ ਬਾਤਾਂ ਟਿਕਾਣੇ ਆ ਭਰਾਵਾਂ ਨਾਲ ਪਿਆਰ ਆ ਵੱਡੀ ਹਾਜ਼ਰੀ ਆ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਸਾਰੀ ਵੀਰਾਂ ਦਾ ਆਹ ਬੱਲੇ 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 ਸਵਾਰਪੁਰੇ ਵਾਲਾ ਸਵਾਰਪੁਰੇ ਵਾਲਾ ਆਹ ਟਰਾਈ ਤੇ ਕਰਦਾ ਪਰ ਜੱਸੇ ਅਰਗੇ ਬੱਸ ਚੱਲਣ ਨਹੀਂ ਦਿੰਦੇ ਜੱਸੇ ਅਰਗੇ ਬੱਸ ਚੱਲਣ ਨਹੀਂ ਦਿੰਦੇ ਆਹ ਬੱਲੇ ਨੰਬਰ ਕਿਸੇ ਗੱਲ ਨੂੰ ਜੁੜਨਾ ਬਹਾਦਰਗੜੀਆ ਰਵੀ ਬਹਾਦਰਗੜੀਆ ਰਵੀ ਬਾਲਾ ਫਿੱਟ ਹੋਇਆ ਫਿਰਦਾ ਮੁੰਡਾ ਤਿੱਖੇ ਤਿੱਖੇ ਨੈਣਾ ਦਾ ਸੋਹਣਾ ਸੁਰੱਖਾ ਚੁੱਭਰ ਉਹ ਚੱਲ ਮਾ ਕਰਦਾ ਮੇਰੇ ਮਿੱਤਰੋ ਚੜ੍ਹਤ ਬੜੀ ਆ ਇਹਨਾਂ ਗਰਾਊਂਡਾਂ ਦੇ ਵਿੱਚ ਆਓ ਤੂਫਾਨ ਜੀ ਇੱਥੋਂ ਲੀਡ ਪੱਟ ਕੇ ਲੱਗੋ ਗਿਰਾਂ ਲਾਗੇ ਤੇ ਲੋਕੀ ਤੇ ਸਵਾਰ ਵੀ ਭਾਲਦੇ ਆ ਲੋਕੀ ਤੇ ਸਵਾਰ ਭਾਲਦੇ ਆ ਆਓ ਪਾਵੇ ਪਰਮਿਆ ਹਾਂਜੀ ਗੁਰਨਾਲ ਜੀ ਛੇੜੋ ਦੀ ਕਹਾਣੀ ਆ ਮੈਚ ਬਹੁਤ ਤਕੜਾ ਫਾਈਨਲ ਮੈਚ ਆ ਬਾਕੀ ਐਨ ਫਾਈਨਲ ਮੈਚ ਜਿਹੜਾ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਹੈ ਆ ਏਦਾਂ ਦੇ ਮੈਚ ਲੱਗਣੇ ਚਾਹੀਦੇ ਆ ਤੇ ਫਿਰ ਜਾ ਕੇ ਕਿਤੇ ਕਮੇਟੀ ਦੇ ਪੈਸੇ ਲਾਉਣ ਦਾ ਮੁੱਲ ਪੈਂਦਾ ਮਿੱਤਰਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਹੜੀਆਂ ਟੀਮਾਂ ਚੱਲ ਹੀ ਖੇਡਦੀਆਂ ਉਹ ਚੰਗੀਆਂ ਗੱਲਾਂ ਨਹੀਂ ਹਰ ਟੀਮਾਂ ਨੂੰ ਸੋਚਣਾ ਸਮਝਣਾ ਚਾਹੀਦਾ ਹੈ ਵੀ ਇਹ ਗੱਲ ਕਿੰਨੀ ਕੁ ਸਹੀ ਹੈ ਤੇ ਕਿੰਨੀ ਕੁ ਗਲਤ ਹੈ ਇਹ ਚੀਜ਼ਾਂ ਨੂੰ ਲੈ ਕੇ ਦੇਖੋ ਤੁਸੀਂ ਦੂਰੀ ਤੈਅ ਕਰਦੇ ਹੋ ਇੰਨੀ ਠੰਡ ਦੇ ਵਿੱਚ ਖੇਡਣ ਲਈ ਵੀ ਆਉਂਦੇ ਹੋ ਪਰ ਵੀਰੇ ਬਹੁਤੀ ਉਹ ਚੰਗੀਆਂ ਗੱਲਾਂ ਨਹੀਂ ਤੇ ਜਦੋਂ ਤੁਸੀਂ ਇੱਦਾਂ ਦੇ ਕੰਮ ਕਰਦੇ ਹੋ ਇਹ ਕੋਈ ਪਾਲੀ ਚੰਗੀ ਗੱਲ ਨਹੀਂ ਪਰ ਇੱਧਰ ਮੁਕਾਬਲਾ ਪਾਓ ਸੋਣਾ ਖੇਡਿਆ ਜਾ ਰਿਹਾ ਗਰਾਊਂਡ ਦੇ ਅੰਦਰ ਪ੍ਰਬੰਧ ਵੀਰਾਂ ਨੇ ਵੱਡੇ ਕੀਤੇ ਆ ਤੇ ਲੰਗਰ ਬਾਈ ਹਾਲੇ ਤੱਕ ਯਾਰ ਚੱਲੀ ਜਾਂਦਾ ਇੱਕ ਤਾੜੀ ਯਾਰ ਉਹ ਲੰਗਰ ਵਾਲੇ ਵੀਰਾਂ ਦੇ ਲਈ ਵੀ ਮਾਰੋ ਯਾਰ ਉਹ ਭਾਈ ਦੀ ਡਿਊਟੀ ਉੱਥੇ ਲਾਈ ਸੀ ਤੇ ਉਹ ਹਾਲੇ ਤੱਕ ਉੱਥੇ ਹੀ ਖੜਾ ਯਾਰ ਬਹੁਤ ਬਹੁਤ ਧੰਨਵਾਦ ਆ ਸਾਡੇ ਵੀਰ ਦਾ ਪਰ ਇੱਧਰ ਨੰਬਰ ਇੱਕ ਹੋਰ ਦੇ ਵਾਧੇ ਹੋ ਗਏ ਆ ਨੌ ਦੀ ਟੱਕਰ ਆ 16 ਤੇ ਮਿੱਤਰਾਂ ਨੌ ਦੀ ਟੱਕਰ ਆ ਲੀਡ ਵੱਡੀ ਬਣਾ ਲਈ ਆ ਲੀਡ ਵੱਡੀ ਬਣਾ ਲਈ ਮੁੰਡਿਆਂ ਨੇ ਆ ਖੇਡ ਦੇ ਮੈਦਾਨ ਦੇ ਵਿੱਚ 16 ਨੰਬਰ ਹੋ ਗਏ ਆ ਲੈ ਵੀ ਗੁਰਲਾਲ ਜਸਵੰਤ ਯਾਦ ਕਰਦਾ ਹੈ ਬਰੂਦੀ ਵਾਲਾ ਯਾਰ ਤੈਨੂੰ ਚੇਤੇ ਕਰਦਾ ਹੈ ਆਹ ਗੱਲਾਂ ਹੋੜ ਗਈਆਂ ਨੰਬਰ 17ਵਾਂ ਵੀ ਜੁੜ ਗਿਆ ਮੈਨੂੰ ਲੱਗਦਾ ਹੈ ਇੱਕ ਦੋ ਨੰਬਰ ਬਾਕੀ ਆ ਮੈਂ ਦੇ ਦੀ ਉਨੀਆਂ ਦੀ ਗੇਮ ਹੈ ਮੈਂ ਦੱਸਿਆ ਜੁੜ ਗਿਆ ਅੱਜ ਵੀ ਦੱਸਾਂਗੇ ਜੀ ਪ੍ਰਾਈਜ਼ ਵੀ ਬਣਾਵਾਂਗੇ ਸਟਾਰ ਜ਼ਰੂਰ ਭੇਜ ਦਿਓ ਨਾ ਜਿਹੜੇ ਭਰਾਵਾਂ ਨੇ ਸਟਾਰ ਨਹੀਂ ਭੇਜਿਓ ਸਟਾਰ ਜ਼ਰੂਰ ਭੇਜ ਦਿਓ ਭਾਈ ਇੱਕ ਵਾਰੀ ਤਾੜੀ ਮਾਰੋ ਯਾਰ ਜੇ ਮੈਨ ਵਧੀਆ ਲੱਗ ਰਿਹਾ ਨੰਬਰ 2 ਬਾਕੀ ਰਹਿ ਗਿਆ ਫਿਰ ਇਸ ਤੋਂ ਬਾਅਦ ਗੱਲਾਂ ਦੂਰੀਆਂ ਪੈੜ ਗਿਆ ਮੇਲੇ ਤੋਂ ਚੌਂਟੀ ਨੇ ਵੀ ਕਈ ਨੰਬਰ ਜੋੜਿਆ ਬਈਆਲੀ ਇਹ ਚੌਂਟੀ ਮਾਰ ਮਿੱਤਰਾ ਲਾਸਟ ਪੁਆਇੰਟ ਆ ਗਿਆ ਜੀ ਰੈਸਲ ਦਾ ਕਰਦਾ ਆਹ ਲਾਸਟ ਪੁਆਇੰਟ ਅੱਜ ਦੇ ਟੂਰਨਾਮੈਂਟ ਦਾ ਲਾਸਟ ਪੁਆਇੰਟ ਮਾਰ ਗਿਆ ਫਾਈਨਲ ਦਾ ਲਾਸਟ ਪੁਆਇੰਟ ਆਹ ਸਾਹਮਣੇ ਜਸਵੰਤ ਕਹਿੰਦਾ ਗੁਰਲਾਲ ਸਿੰਘ ਤੇਰੀ ਅੱਖ ਲੱਗੀ ਲੱਗਦੀ ਹੈ ਧਿਆਨ ਨਹੀਂ ਦਿੰਦਾ ਜਸਵੰਤ ਵਾਜਾ ਮਾਰੀ ਜਾਂਦਾ ਹੈ ਬੜਾ ਕਿਹੜਾ ਸੰਪਰਕ ਆ ਬੜਾ ਪਿਆਰ ਹੈ ਆਓ ਸਾਹਮਣੇ ਗੱਲਬਾਤ ਵੱਡੀ ਹੈ ਮੇਰੇ ਮਿੱਤਰੋ ਲਾਓ ਸਾਹਮਣੇ ਮੁਕਾਬਲਾ ਜਿਹੜਾ ਵੱਡਾ ਖੇਡਿਆ ਜਾ ਰਿਹਾ ਅੱਜ ਤੇ ਬਹਾਦਰਗੜੀ ਆ ਵੀ ਲੋਟ ਹੀ ਨਹੀਂ ਆਉਂਦਾ ਮਿੱਤਰਾਂ ਬਰੋਦੀ ਵਾਲਾ ਵੀ ਆ ਸਾਡਾ ਯਾਰ ਹੈ ਜੁੰਡੀ ਦਾ ਵੀ ਸਾਨੂੰ ਫਕਰ ਦੋਸਤਾਂ ਤੇ ਹੁਣ ਯਾਰੀ ਸਾਡੀ ਦੇ ਚਰਚੇ ਰਾਜੇ ਖਿੱਲ ਸੌ ਰੱਬ ਦੀ ਤੇ ਸੱਚੇ ਯਾਰ ਨਹੀਂ ਚਾਹੁੰਦੇ ਪਰਖੇ ਗੱਲ ਤੇ ਸੱਚ ਆ ਮਿੱਤਰਾਂ ਆ ਕਹਿੰਦੇ ਗੱਲਾਂ ਬਾਤਾਂ ਵੱਡੀਆਂ ਨੇ ਬਰੋਦੀ ਪਿੰਡ ਇਸ ਇਲਾਕੇ ਦਾ ਆਹ ਬੜਾ ਪ੍ਰਸਿੱਧ ਪਿੰਡ ਆ ਪਰ ਇੱਧਰ ਛੋਟੀ ਗਲਤੀ ਕਰ ਗਿਆ
ਗਰਾਊਂਡ ਦੇ ਅੰਦਰ ਲੈ ਚੌਂਟੀਆਂ ਮੈਚ ਜਿਹੜਾ ਆਖਰੀ ਪਲਾਂ ਦੇ ਉੱਤੇ ਆ ਵਧੀਆ ਬਾਬਾ ਖੱਟੀ ਆ ਕਿਤੇ ਜਾਂਦਾ ਹੋਇਆ ਵਾਧੋ ਲੱਡਾ ਨਾ ਹੋ ਜੇ ਇਹ ਗੱਲ ਯਾਦ ਰੱਖੀ ਏਰੀਆ ਵੀ ਮਿੱਤਰਾ ਆਪਣਾ ਹੀ ਹੈ ਤੇ ਫੇਰ ਗੱਲਾਂ ਬਾਤਾਂ ਵੱਡੀਆਂ ਹੋਣਗੀਆਂ ਘਾਟ ਕਿਹੜੀ ਗੱਲ ਦੀ ਆ ਗੱਲਾਂ ਬਾਤਾਂ ਜਿਹੜੀਆਂ ਬਹੁਤ ਵੱਡੀਆਂ ਨੇ ਮੈਂ ਬਹੁਤ ਵਾਰ ਦੇਖਿਆ ਤੇ ਬਾਅਦ ਵਿੱਚ ਕੱਲੀ ਤੇ ਸਮਾਇਲ ਹੀ ਰਹਿ ਜਾਂਦੀ ਹੈ ਇਹਦੇ ਵਿੱਚ ਕੋਈ ਸ਼ੱਕ ਨੀ ਮਿੱਤਰਾ ਤੇ ਬਾਅਦ ਵਿੱਚ ਕੱਲੀ ਸਮਾਇਲ ਹੀ ਰਹਿ ਜਾਂਦੀ ਹੈ ਆਓ ਨੰਬਰ ਜਿਹੜੇ ਲਾਸਟ ਆ ਮੇਰੇ ਮਿੱਤਰੋ ਗੱਲਾਂ ਟਕਾਣੇ ਆਓ ਸਵਾਰ ਉਪਰੇ ਵਾਲਾ ਟਰਾਈ ਤੇ ਕਰਦਾ ਓਹੋ ਬਹਾਦਰ ਗੜੀਆ ਲਓ ਜੀ ਜੇ ਚੁੱਕੀ ਆ ਰੈਸਰ ਜੱਸੇ ਦਾ 500 ਵੀ ਆਪਾਂ ਪਹੁੰਚਦਾ ਕਰ ਦਈਏ ਜੀ ਵੇਟ ਕਰੋ ਮੈਚ ਸਮਾਪਤ ਵਿਜੇ ਮਲਿਕ ਵੱਲੋਂ ਆਇਆ ਜਿਹੜਾ ਉਹ ਆਪਾਂ ਦਿੰਦੇ ਹਾਂ ਜੀ ਜੱਸੇ ਨੂੰ ਵੇਟ ਕਰੋ ਪਰਮਿੰਦਰ ਜੀ